ਤਾਂ 24 ਦੇ ਲਈ 2024 ਦੀਆਂ ਚੋਣਾਂ ਦੇ ਲਈ ਨਵੇਂ ਦਾਅਵੇ ਨੇ, ਨਵੇਂ ਸਮੀਕਰਨ ਨੇ। ਮੈਂ ਤੁਹਾਨੂੰ ਦੋ ਅਪਡੇਟ ਦਿੰਦਾ, ਇਸ ਤੋਂ ਬਾਅਦ ਮੈਂ ਚਰਚਾ ਦੀ ਸ਼ੁਰੂਆਤ ਕਰਾਂਗਾ। ਦੋ ਅਪਡੇਟ ਇਹ ਨੇ। ਪਹਿਲਾ ਅਪਡੇਟ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ, ਬੀਜੇਪੀ ਦੇ ਵੱਡੇ ਆਗੂ, ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਕਾਲੀ ਦਲ ਦੇ ਨਾਲ ਗੱਲ ਚੱਲ ਰਹੀ ਹੈ, ਯਾਨੀ ਕਿ ਗੱਠਜੋੜ ਨੂੰ ਲੈ ਕੇ ਖਿਚੜੀ ਪੱਕ ਰਹੀ ਹੈ। ਤੇ ਦੂਜਾ ਅਪਡੇਟ ਇਹ ਹੈ ਕਿ ਜਦੋਂ ਖੰਨਾ ਦੇ ਵਿੱਚ ਰੈਲੀ ਹੋ ਰਹੀ ਸੀ ਆਮ ਆਦਮੀ ਪਾਰਟੀ ਦੀ, ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ, ਉਹਨਾਂ ਨੇ 13 ਸੀਟਾਂ ਦੇ ਉੱਤੇ ਅਗਲੇ 10-15 ਦਿਨਾਂ ਦੇ ਵਿੱਚ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰਨ ਦਾ ਐਲਾਨ ਕਰ ਦਿੱਤਾ। ਇਸ ਦਾ ਮਤਲਬ ਇਹ ਹੋਇਆ ਕਿ 13 ਦੀਆਂ 13 ਸੀਟਾਂ ਦੇ ਉੱਤੇ ਕਾਂਗਰਸ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ, ਆਮ ਆਦਮੀ ਪਾਰਟੀ ਇਕੱਲੀ ਲੜੇਗੀ, ਕਾਂਗਰਸ ਫਿਲਾਸਫੀ ਤੌਰ ਤੇ ਆਪਣੇ ਉਮੀਦਵਾਰ ਉਤਾਰੇਗੀ। ਤਾਂ ਇਹ ਸਥਿਤੀ ਪੰਜਾਬ ਦੇ ਵਿੱਚ ਬਣਦੀ ਨਜ਼ਰ ਆ ਰਹੀ ਹੈ। ਇੱਕ ਗੱਠਜੋੜ ਬਿਲਕੁਲ ਤਿਆਰ ਨਜ਼ਰ ਆ ਰਿਹਾ, ਬਸ ਐਲਾਨ ਬਾਕੀ ਹੈ, ਤੇ ਦੂਜਾ ਬਿਲਕੁਲ ਕਲੀਅਰ ਹੈ ਕਿ ਹੁਣ ਗੱਠਜੋੜ ਨਹੀਂ ਹੋਏਗਾ। ਮੈਂ ਚਰਚਾ ਦੀ ਸ਼ੁਰੂਆਤ ਕਰਦਾ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਪਾਸੀ ਸਾਹਿਬ, ਸ਼ੁਰੂਆਤ ਤੁਹਾਡੇ ਤੋਂ, ਗੱਠਜੋੜ ਨਹੀਂ ਕਰ ਰਹੇ, ਕਲੀਅਰ ਹੈ 13 ਦੀਆਂ 13 ਸੀਟਾਂ ਦੇ ਉੱਤੇ? ਬਿਲਕੁਲ, ਜੋ ਅੱਜ ਕੇਜਰੀਵਾਲ ਜੀ ਨੇ, ਭਗਵੰਤ ਮਾਨ ਜੀ ਨੇ ਸਪਸ਼ਟ ਤੌਰ ਤੇ ਕਿਹਾ, ਅੱਜ ਦੀ ਖਬਰ ਤੁਸੀਂ ਸੁਣਾਈ ਦਿੱਤੀ ਹੈ ਕਿ 13 ਦੀ 13 ਸੀਟਾਂ ਤੇ ਪੰਜਾਬ ਦੇ ਵਿੱਚ ਤੇ 14ਵੀਂ ਸੀਟ ਚੰਡੀਗੜ੍ਹ ਦੀ ਆਮ ਆਦਮੀ ਪਾਰਟੀ ਲੜਨ ਜਾ ਰਹੀ ਹੈ। 14 ਦੀ 14 ਸੀਟਾਂ ਤੇ ਸਾਡੇ ਉਮੀਦਵਾਰਾਂ ਦਾ ਮੰਥਨ ਚੱਲ ਰਿਹਾ, ਜਿੱਦਾਂ ਇੱਕ ਦਿਨ ਪਹਿਲਾਂ ਵੀ ਭਗਵੰਤ ਮਾਨ ਜੀ ਨੇ ਕਿਹਾ ਕਿ 13 ਸੀਟਾਂ ਤੇ ਤਕਰੀਬਨ 40 ਉਮੀਦਵਾਰਾਂ ਦੀ ਜਿਹੜੀ ਹੈ ਮੰਥਨ ਚੱਲ ਰਿਹਾ। ਤੇ ਅੱਜ ਕੇਜਰੀਵਾਲ ਜੀ ਨੇ ਔਰ ਭਗਵੰਤ ਮਾਨ ਜੀ ਨੇ ਹਿੰਟ ਦੇ ਦਿੱਤਾ ਕਿ ਵਿਦ ਇਨ ਫਿਊ ਡੇਜ਼, ਕੁਝ ਦਿਨਾਂ ਦੇ ਵਿੱਚ ਹੀ ਉਮੀਦਵਾਰਾਂ ਦਾ ਐਲਾਨ ਹੋਣ ਜਾ ਰਿਹਾ। ਠੀਕ ਹੈ, ਸੋ ਅਸੀਂ ਜੋ ਸਾਨੂੰ ਡਾਇਰੈਕਸ਼ਨ ਹੈ, ਅਸੀਂ ਹਰ ਸੀਟ ਤੇ ਤਿਆਰੀ ਕਰ ਰਹੇ ਹਾਂ, ਪੰਜਾਬ ਦੀ 13 ਦੀ 13 ਤੇ ਚੰਡੀਗੜ੍ਹ ਦੀ 14ਵੀਂ ਸੀਟ। ਠੀਕ ਹੈ, ਕਿੰਗਰਾ ਸਾਹਿਬ ਤੁਹਾਡੀ ਵੀ ਤਿਆਰੀ ਹੈ 13 ਦੀਆਂ 13 ਸੀਟਾਂ ਦੇ ਉੱਤੇ, ਹੁਣ ਪਿਕਚਰ ਕਲੀਅਰ ਹੋ ਗਈ ਹੈ, ਅਜੇ ਵੀ ਤੁਹਾਨੂੰ ਹਾਈ ਕਮਾਨ ਦੇ ਕਿਸੇ ਫੈਸਲੇ ਦਾ ਕੋਈ ਇੰਤਜ਼ਾਰ ਹੈ? ਦੇਖੋ ਜੀ, ਸਿਆਸਤ ਦੇ ਵਿੱਚ 2 ਮਹੀਨੇ ਦਾ ਸਮਾਂ ਗੌਰਵ ਜੀ ਬੜਾ ਵੱਡਾ ਸਮਾਂ ਹੁੰਦਾ। ਬਿਲਕੁਲ, ਸਿਆਸਤ ਦੇ ਵਿੱਚ ਤਾਂ ਇੱਕ ਹਫ਼ਤੇ ਦਾ ਸਮਾਂ ਵੀ ਜਿਹੜਾ ਉਹ ਵੀ ਇੱਕ ਬਹੁਤ ਲੰਬਾ ਸਮਾਂ ਗਿਣਿਆ ਜਾਂਦਾ ਹੈਗਾ। ਐਵੇਂ ਆਪਾਂ ਕਿਆਸ ਰਾਈਆਂ ਲਾਈ ਜਾਈਏ, ਇਹਨਾਂ ਦੇ ਲੀਡਰਾਂ ਨੇ ਕਹਿ ਦਿੱਤਾ ਕਿ ਤੁਸੀਂ 14 ਦੀਆਂ 14 ਸੀਟਾਂ ਤੇ ਤਿਆਰੀ ਕਰੋ, ਸਾਡੇ ਲੀਡਰਾਂ ਨੇ ਵੀ ਸਾਨੂੰ ਆਖਿਆ ਹੋਇਆ ਕਿ ਤੁਸੀਂ 14 ਦੀਆਂ 14 ਸੀਟਾਂ ਤੇ ਤਿਆਰੀ ਕਰੋ, ਲੇਕਿਨ ਹਾਲਾਤ ਕੀ ਬਣਦੇ ਨੇ ਭਾਰਤ ਦੇ ਵਿੱਚ? ਜਿਹੜੀਆਂ 2024 ਦੀਆਂ ਚੋਣਾਂ ਨੇ ਇਹ ਇੱਕ ਬੜੀ ਹੀ ਅਜੀਬ ਕਿਸਮ ਦੀਆਂ ਚੋਣਾਂ ਹੋਣਗੀਆਂ। ਇਹ ਚੋਣਾਂ ਭਾਰਤ ਦੇ ਵਿੱਚ ਆਖਰੀ ਚੋਣਾਂ ਵੀ ਹੋ ਸਕਦੀਆਂ, ਤੇ ਇਹ ਚੋਣਾਂ ਭਾਰਤ ਦੀ ਤਕਦੀਰ ਵੀ ਬਦਲ ਸਕਦੀਆਂ। ਇਸ ਕਰਕੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਅਪੋਜੀਸ਼ਨ ਦੇ ਵਿੱਚ ਬੈਠੀਆਂ ਨੇ ਬੀਜੇਪੀ ਤੋਂ, ਉਹਨਾਂ ਸਾਰੀਆਂ ਨੂੰ ਆਪਦਾ ਵਿਚਾਰ ਜਿਹੜਾ ਉਹ ਬੜੇ ਧਿਆਨ ਪੂਰਵਕ ਕਰਨਾ ਚਾਹੀਦਾ ਹੈ, ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਅੱਜ ਇੱਕ ਪਾਰਲੀਮੈਂਟ ਦੇ ਵਿੱਚ ਵੀ ਕਿਹਾ ਹੈ ਕਿ ਦੇਸ਼ ਇੱਕ ਅਜੀਬ ਕ੍ਰਾਂਤੀ ਵੱਲ ਵੱਧ ਰਿਹਾ ਹੈ। ਸੋ ਉਹ ਜਿਹੜੀ ਕ੍ਰਾਂਤੀ ਹੈ ਉਹ ਪੋਲੀਟੀਕਲ ਕ੍ਰਾਂਤੀ ਵੀ ਹੋ ਸਕਦੀ ਹੈ, ਪੋਲੀਟੀਕਲ ਜਿਹੜਾ ਉਹ ਫੇਰ ਬਦਲ ਵੀ ਹੋ ਸਕਦਾ ਹੈ। ਸੋ ਇਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਤਿਆਰੀ ਤਾਂ ਸਾਡੀ ਵੀ ਪੂਰੀ ਹੈ ਜੀ। ਅਸੀਂ ਤਾਂ ਜਿਹੜਾ ਹੈਗਾ ਉਹ, ਮੈਂ ਨਹੀਂ ਕਹਿੰਦਾ ਕਿ ਅਸੀਂ ਕੱਲ ਨੂੰ ਐਲਾਨ ਕਰ ਦਿਆਂਗੇ ਜਾਂ ਪਰਸੋਂ ਐਲਾਨ ਕਰ ਦਿਆਂਗੇ, ਕਿਉਂਕਿ ਐਲਾਨ ਕਰਨ ਦੇ ਨਾਲ ਜਿਹੜਾ ਕੋਈ ਏਡਾ ਜ਼ਿਆਦਾ ਫਰਕ ਨਹੀਂ ਪੈਂਦਾ। ਐਲਾਨ ਛੇਤੀ ਉਹ ਕਰਦੇ ਜਿਹਨਾਂ ਨੂੰ ਡਰ ਹੁੰਦਾ ਹੈਗਾ ਕਿ ਸਾਡੇ ਕੈਂਡੀਡੇਟਾਂ ਨੂੰ ਕੋਈ ਜਾਣਦਾ ਹੀ ਨਹੀਂ ਸ਼ਾਇਦ। ਇਹ ਪਾਸੀ ਸਾਹਿਬ ਇੱਥੇ ਬੈਠੇ ਨੇ, ਇਹ ਤਾਂ ਆਪਸ 'ਚ ਨਹੀਂ ਸੀ ਜਾਣਦੇ ਇੱਕ ਦੂਜੇ ਨੂੰ MLA ਇਹਨਾਂ ਦੇ, ਮੈਂ ਇਸ ਗੱਲ ਦਾ ਗਵਾਹ ਹੈਗਾ, ਅੱਧੇ ਲੋਕਾਂ ਨੇ ਆਪਦੇ MLA ਦਾ ਚਿਹਰਾ ਨਹੀਂ ਵੇਖਿਆ। ਸੋ ਇਹਨਾਂ ਪਾਰਟੀਆਂ ਨੂੰ ਲੋੜ ਹੈ, ਸਾਡੇ ਤਾਂ ਕਾਂਗਰਸ ਦੇ ਬੱਚੇ ਬੱਚੇ ਨੂੰ ਜਾਣਦਾ ਪੰਜਾਬ। ਠੀਕ ਹੈ, ਸੋ ਕਾਂਗਰਸ ਦੀ ਜਿਹੜੀ ਪਹੁੰਚ ਹੈ ਉਹ ਪਿੰਡਾਂ ਤੱਕ ਹੈ, ਸਾਡੀ ਜਿਹੜੀ ਆਊਟਰੀਚ ਹੈ। ਠੀਕ ਹੈ, ਥੋੜਾ ਇੰਤਜ਼ਾਰ ਕਰਿਓ ਸ਼ੁਕਲਾ ਜੀ, ਜਵਾਬ ਲੈ ਲਓ ਜੀ ਜੀ, ਥੋੜਾ ਇੰਤਜ਼ਾਰ ਕਰਿਓ। ਇਸ ਕਰਕੇ ਜਿਹੜਾ ਹੈ ਨਾ, ਸਾਨੂੰ ਅਸੀਂ ਪੂਰੀ ਤਿਆਰੀ ਹੈ ਸਾਡੀ ਵੀ। ਠੀਕ, ਸਾਡੀ ਵੀ ਪੂਰੀ ਤਿਆਰੀ ਹੈ। ਚਲੋ ਮੈਂ ਇੱਕ ਵਾਰੀ ਸਾਰਿਆਂ ਦਾ ਰੁਕ ਕਰ ਲਵਾਂ, ਥੋੜਾ ਜਿਹਾ ਇੰਤਜ਼ਾਰ ਕਰਿਓ। ਪੀਰ ਮੁਹੰਮਦ ਸਾਹਿਬ,
ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ, ਹੁਣ ਤੁਸੀਂ ਅਫੀਸ਼ੀਅਲ ਤੌਰ ਦੇ ਉੱਤੇ ਕਹਿਣਾ ਬਾਕੀ ਹੈ, ਬਾਕੀ ਤਾਂ ਲੋਕਾਂ ਨੂੰ ਸਮਝ ਆ ਰਿਹਾ ਕਿ ਅਲਾਇੰਸ ਹੋ ਗਿਆ। ਗੌਰਵ ਜੀ, ਦੇਖੋ ਅਖਬਾਰਾਂ ਦੀਆਂ ਖਬਰਾਂ, ਟੀਵੀ ਚੈਨਲਾਂ ਦੀ ਜੋ ਕਿਆਸ ਰਾਈਆਂ, ਉਹ ਇੱਕ ਅਲੱਗ ਪਹਿਲੂ ਹੈ, ਠੀਕ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੱਠਜੋੜ ਸੀ ਭਾਜਪਾ ਦੇ ਨਾਲ, ਜਦੋਂ ਇਹ ਗੱਠਜੋੜ ਅਲੱਗ ਹੋਇਆ, ਉਸਦਾ ਕਾਰਨ ਕੀ ਸੀ? ਕਿਸਾਨ ਸੰਘਰਸ਼, ਉਸਦਾ ਕਾਰਨ ਕੀ ਸੀ? ਬੰਦੀ ਸਿੰਘਾਂ ਦੀ ਰਿਹਾਈ, ਉਸਦਾ ਕਾਰਨ ਕੀ ਸੀ? ਕਿ ਸਾਡੇ ਗੁਰਧਾਮਾਂ ਦੇ ਉੱਪਰ ਜਿਹੜੇ ਕਬਜ਼ੇ ਕੀਤੇ ਗਏ ਨੇ, ਉਹਨਾਂ ਨੂੰ ਆਜ਼ਾਦ ਕੀਤਾ ਜਾਵੇ। ਔਰ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਦੇਖੋ ਮਹਾਰਾਸ਼ਟਰ ਦੇ ਵਿੱਚ ਕੀ ਹੋਇਆ, ਸਾਡੀ ਟੀਮ ਉੱਥੇ ਗਈ, ਡਾਕਟਰ ਦਲਜੀਤ ਸਿੰਘ ਚੀਮਾ, ਐਡਵੋਕੇਟ ਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਰਜਿੰਦਰ ਸਿੰਘ ਮਹਿਤਾ, ਉਹ ਸਾਰੇ ਉੱਥੇ ਗਏ ਨੇ। ਉੱਥੇ ਬਕਾਇਦਾ ਜਿਹੜਾ ਸੰਘਰਸ਼ ਚੱਲ ਰਿਹਾ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਨੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਦੇ ਨਾਲ ਜਿਹੜਾ ਉੱਥੇ ਮਾਰਚ ਕੱਢਿਆ, ਉਸ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਏਕ ਨਾਥ ਸ਼ਿੰਦੇ ਦੀ ਸਰਕਾਰ ਦੇ ਵਿਰੋਧ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਬੀਬਾ ਹਰਸਿਮਰਤ ਕੌਰ ਨੇ ਬਕਾਇਦਾ ਜਿਹੜਾ ਬਿਆਨ ਦਿੱਤਾ ਹੈ। ਤੇ ਜਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਬਚਾਓ ਯਾਤਰਾ ਕਰ ਰਹੇ ਹਾਂ, ਪੰਜਾਬ ਦੀ ਧਰਤੀ ਦੇ ਉੱਤੇ ਮਾਝੇ ਤੋਂ ਸ਼ੁਰੂ ਹੋਈ ਸੀ, ਅਟਾਰੀ ਬਾਰਡਰ ਤੋਂ। ਨਹੀਂ ਠੀਕ ਹੈ ਪੀਰ ਮੁਹੰਮਦ ਸਾਹਿਬ, ਤੁਹਾਡੇ ਸਾਰੇ ਪੁਆਇੰਟ ਆ ਰਹੇ ਨੇ। ਦੇਖੋ ਲੋਕ ਨਾ ਅਗਲੇ ਅਗਲੇ ਸਟੈਪ ਦੇ ਉੱਤੇ ਪਹੁੰਚ ਚੁੱਕੇ ਆ। ਮੈਂ ਬੜਾ ਪ੍ਰੈਕਟੀਕਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਹਮੇਸ਼ਾ, ਲੋਕ ਅਗਲੇ ਸਟੈਪ ਤੇ ਪਹੁੰਚ ਚੁੱਕੇ ਆ। ਹੁਣ ਲੋਕ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਗੱਠਜੋੜ ਤਾਂ ਕਰ ਰਹੇ ਹੋ, ਫਾਰਮੂਲਾ ਦੱਸੋ, 8-5 ਹੈ, 7-6 ਹੈ, ਜਾਂ ਕਿਹੜੇ ਫਾਰਮੂਲੇ ਦੇ ਉੱਤੇ ਜਾ ਕੇ ਤੁਸੀਂ ਸੀਟਾਂ ਦੀ ਵੰਡ ਕਰ ਰਹੇ ਹੋ? ਗੌਰਵ ਜੀ, ਸਾਡੇ 14 ਸੀਟਾਂ ਨੇ ਜੀ, ਤੇ 14 ਸੀਟਾਂ ਦੇ ਉੱਤੇ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਸਾਡਾ ਹੈਗਾ ਉਹ ਸਮਝੌਤਾ ਹੈ ਆਪਣੇ ਬਹੁਜਨ ਸਮਾਜ ਪਾਰਟੀ ਦੇ ਨਾਲ, ਉਹ ਸਮਝੌਤਾ ਜਿਹੜਾ ਬਰਕਰਾਰ ਹੈ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੂਰੇ ਅਧਿਕਾਰ ਨੇ, ਕੋਰ ਕਮੇਟੀ ਦੀ ਸਾਡੀ ਜਿਹੜੀ ਬਣਤਰ ਹੈ ਉਹਨਾਂ ਦੇ ਨਾਲ ਸਾਰਾ ਤਾਲਮੇਲ ਕਰਕੇ ਕੋਈ ਵੀ ਗੱਲ ਹੁੰਦੀ ਹੈ। ਦੇਖੋ ਮੈਂ ਇਹਦੇ ਚ ਕੋਈ ਡਿਨਾਈ ਨਹੀਂ ਕਰਦਾ ਕਿ ਦੇਸ਼ ਦੇ ਹੋਮ ਮਿਨਿਸਟਰ ਤੇ ਬੀਜੇਪੀ ਦੇ ਸੀਨੀਅਰ ਆਗੂ ਅਮਿਤ ਸ਼ਾਹ ਜੀ ਦਾ ਬਿਆਨ ਮਾਇਨੇ ਰੱਖਦਾ ਹੈ, ਪਰ ਸਾਡੇ ਸਾਹਮਣੇ ਬੜੀਆਂ ਵੱਡੀਆਂ ਚੁਣੌਤੀਆਂ ਨੇ ਜੀ। ਅਸੀਂ ਉਹਨਾਂ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰਨਾ ਉਹ ਵੀ ਅਸੀਂ ਸਾਰਾ ਕੁਝ ਦੇਖ ਰਹੇ ਹਾਂ। ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਗੱਠਜੋੜ ਕਰੋਗੇ ਸ਼ਰਤਾਂ ਦੇ ਨਾਲ? ਦੇਖੋ ਵੇਟ ਐਂਡ ਵਾਚ, ਇਸ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਹਮਣੇ ਆਵੇਗੀ। ਠੀਕ ਹੈ, ਚਲੋ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਮੈਂ ਦਿਆਲ ਸਿੰਘ ਸੋਢੀ ਦਾ ਰੁਖ ਕਰਦਾ, ਬੀਜੇਪੀ ਨੂੰ ਰਿਪ੍ਰੈਜ਼ੈਂਟ ਕਰ ਰਹੇ ਨੇ। ਸੋਢੀ ਸਾਹਿਬ, ਇਹ 9 ਮਾਸ ਦਾ ਰਿਸ਼ਤਾ ਕਿ ਦੁਬਾਰਾ ਜੁੜਨ ਜਾ ਰਿਹਾ ਹੈ, ਜਾਂ ਮੈਂ ਕਹਾਂ ਕਿ 9 ਮਾਸ ਦੇ ਰਿਸ਼ਤੇ ਦਾ ਆਪਰੇਸ਼ਨ ਹੋ ਕੇ ਦੁਬਾਰਾ ਇੱਕ ਸਕਸੈਸਫੁਲ ਆਪਰੇਸ਼ਨ ਵਾਲੇ ਪਾਸੇ ਵੱਧ ਰਿਹਾ ਹੈ? ਗੌਰਵ ਜੀ, ਮੇਰਾ ਕਹਿਣਾ ਇਹ ਹੈ ਕਿ ਆਪਾਂ ਚਾਰੋਂ ਪਾਰਟੀਆਂ ਦੇ ਨੁਮਾਇੰਦੇ ਬੈਠੇ ਹਾਂ ਤੇ ਪੰਜਵੇਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜੀ। ਦੇਖੋ ਚੋਣਾਂ ਦਾ ਜਿਹੜਾ ਮਾਹੌਲ ਹੈ, ਚੋਣਾਂ ਦਾ ਵਿਗਲ ਹੈ, ਉਹ ਵੱਜ ਚੁੱਕਿਆ ਹੈ, ਠੀਕ ਹੈ। ਲੇਕਿਨ ਜਦੋਂ 2022 ਤੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ ਚੋਣ ਲੜੀ, ਔਰ ਇਕੱਲਿਆਂ ਚੋਣ ਲੜਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਸਥਾਰ ਹੈ ਉਹ ਦਿਨੋ ਦਿਨ ਬੂਥ ਲੈਵਲ ਤੱਕ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਸਥਾਰ ਆ ਉਹ ਵੱਧ ਰਿਹਾ ਜੀ ਤੇ ਵਧਿਆ। ਜਿਹੜੀ ਗੱਲ ਜਿੱਥੋਂ ਤੱਕ ਗੱਠਜੋੜ ਦੀ ਹੈ, ਮੈਂ ਇੱਕ ਪਾਰਟੀ ਦਾ ਪੰਜਾਬ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ ਇੱਕ ਮੇਨ ਟੀਮ ਦੇ ਵਿੱਚ ਮੇਰਾ ਸਥਾਨ ਹੈ। ਅਸੀਂ ਕੱਲ ਹੀ ਭਾਰਤੀ ਜਨਤਾ ਪਾਰਟੀ ਦੀ ਸਾਡੀ ਜਿਹੜੀ ਬੈਠਕ ਹੋਈ ਹੈ, ਔਰ ਸਾਡੇ ਜਿਹੜੇ ਵਿਜੇ ਰੂਪਾਨੀ ਜੀ ਪੰਜਾਬ ਦੇ ਜਿਹੜੇ ਪ੍ਰਭਾਰੀ ਨੇ, ਉਹਨਾਂ ਨੇ ਸਾਡੇ ਨਾਲ ਸਿਰਫ ਇੱਕੋ ਹੀ ਗੱਲ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਤੇ ਜਿਹੜੀ ਹੈਗੀ ਹੈ ਚੋਣ ਲੜੇਗੀ। ਕੋਈ ਗੱਠਜੋੜ ਦੀ ਗੱਲ ਨਹੀਂ ਹੈ, ਔਰ ਨਾ ਹੀ ਕੋਈ ਗੱਠਜੋੜ ਬਾਰੇ ਕੋਈ ਚਰਚਾ ਹੋਈ ਹੈ।
ਔਰ ਇਸ ਗੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਆਪਣੇ ਪ੍ਰੋਗਰਾਮ ਨੇ ਉਹ ਸਾਰੇ ਪੰਜਾਬ ਦੇ ਵਿੱਚ ਹਰ ਵਿਧਾਨ ਸਭਾ ਵਿੱਚ ਕੀਤੇ ਜਾ ਰਹੇ ਹੈ। ਸੋਡੀ ਸਾਹਿਬ ਤੁਸੀਂ ਕਹਿ ਰਹੇ ਹੋ ਚਰਚਾ ਨਹੀਂ ਹੋਈ, ਇਹ ਪੰਜਾਬ ਲੈਵਲ ਤੇ ਚਰਚਾ ਨਹੀਂ ਹੋਈ? ਨਹੀਂ ਦੇਖੋ, ਇੱਕ ਜਿਹੜੇ ਸਾਡੇ ਪੰਜਾਬ ਦੇ ਪ੍ਰਭਾਰੀ ਨੇ ਉਹ ਕੇਂਦਰ ਦੇ ਵਿੱਚੋਂ ਆਉਂਦੇ ਨੇ, ਅਗਰ ਜੇ ਕੋਈ ਪੰਜਾਬ ਦੇ ਵਿੱਚ ਗੱਠਜੋੜ ਦੀ ਚਰਚਾ ਹੋਵੇਗੀ ਤੇ ਕਮ ਸੇ ਕਮ ਜਿਹੜੇ ਪੰਜਾਬ ਦੇ ਇੰਚਾਰਜ ਲੱਗੇ ਹੋਏ ਨੇ ਉਹਨਾਂ ਦੇ ਧਿਆਨ ਦੇ ਵਿੱਚ ਤੇ ਜਾਂ ਉਹਨਾਂ ਦੇ ਨਾਲ ਗੱਲਬਾਤ ਹੋਣੀ ਜ਼ਰੂਰੀ ਹੈ। ਲੇਕਿਨ ਉਹਨਾਂ ਵੱਲੋਂ ਜਾਂ ਸਾਡੀ ਕੇਂਦਰੀ ਹਾਈ ਕਮਾਂਡ ਵੱਲੋਂ ਸਾਨੂੰ ਸਪਸ਼ਟ ਹਦਾਇਤਾਂ ਨੇ ਕਿ 13 ਦੀਆਂ 13 ਸੀਟਾਂ ਤੇ ਤਿਆਰੀ ਕਰੋ, 13 ਦੀਆਂ 13 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਇਕੱਲੇ ਚੋਣ ਲੜੂਗੀ। ਔਰ ਅਸੀਂ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਅਸੀਂ ਚੋਣਾਂ ਦੀਆਂ ਤਿਆਰੀਆਂ ਲਈ ਗੌਰਵ ਜੀ, ਅਸੀਂ ਆਪਣੇ ਵਿਧਾਨ ਸਭਾ ਦੇ ਜਿਹੜੇ ਸਾਡੇ ਬੂਥ ਸੰਮੇਲਨ ਹੈ ਉਹ ਅਸੀਂ ਸ਼ੁਰੂ ਕਰ ਦਿੱਤੇ ਅੱਜ ਤੋਂ। ਇਸ ਕਰਕੇ ਸਾਡਾ ਗੱਠਜੋੜ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਹਮੇਸ਼ਾ ਜਿੱਥੇ ਵੀ ਚਲੋ ਗੱਠਜੋੜ ਹੋਏ ਨੇ, ਅਸੀਂ ਹਮੇਸ਼ਾ ਗੱਠਜੋੜਾਂ ਦਾ ਧਰਮ ਨਿਭਾਇਆ, ਠੀਕ ਹੈ। ਲੇਕਿਨ ਜਿਹੜੀ ਗੱਠਜੋੜ ਦੀ ਗੱਲ ਹੈ ਉਹ ਬਿਲਕੁਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਇਕੱਲੇ ਚੋਣ ਲੜਨ ਨੂੰ ਤਿਆਰ ਹੈ ਔਰ ਪਿਛਲੇ 2 ਸਾਲਾਂ ਤੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਅਸੀਂ ਬੂਥ ਲੈਵਲ ਤੋਂ ਪੂਰੀ ਤਿਆਰੀ ਬੀਤੀ ਹੋਈ ਹੈ। ਤੁਸੀਂ ਅਮਿਤ ਸ਼ਾਹ ਜੀ ਦਾ ਬਿਆਨ ਨਹੀਂ ਸੁਣਿਆ ਲੱਗਦਾ? ਦੇਖੋ, ਰਾਜਨੀਤੀ ਦੇ ਵਿੱਚ ਕਿਤੇ ਕੋਈ ਗੱਲ ਸੁਭਾਵਨਾ ਜਿਵੇਂ ਦੇਸ਼ ਦੀ ਕਿਸੇ ਵੀ ਚੀਜ਼ ਨੂੰ ਲੈ ਕੇ ਜਾਂ ਕਿਸੇ ਹਾਲਾਤਾਂ ਨੂੰ ਲੈ ਕੇ ਕੋਈ ਗੱਲ ਚੱਲ ਸਕਦੀ ਹੈ ਜਾਂ ਕਿਸ ਤਰ੍ਹਾਂ ਦੀ ਹੋ ਸਕਦੀ ਹੈ, ਲੇਕਿਨ ਇਹ ਨਹੀਂ ਹੈਗਾ ਕਿ ਕੋਈ ਗੱਠਜੋੜ ਵਾਲੀ ਗੱਲ ਸਿਰੇ ਲੱਗ ਗਈ ਜਾਂ ਗੱਠਜੋੜ ਹੋ ਗਿਆ, ਬਿਲਕੁਲ ਵੀ ਨਹੀਂ। ਜੋ ਕੇਂਦਰ ਵੱਲੋਂ ਸਾਨੂੰ ਕੱਲ ਤੱਕ ਦੀ ਹਦਾਇਤ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ ਚੋਣ ਲੜਨੀ ਹੈ ਔਰ ਰਾਜਨੀਤੀ ਦੇ ਵਿੱਚ ਸੁਭਾਵਿਕ ਹੈ, ਠੀਕ ਹੈ, ਕਿ ਜੇ ਕੋਈ ਇਹੋ ਜਿਹੀਆਂ ਗੱਲਾਂ ਚਰਚਾਵਾਂ ਹੁੰਦੀਆਂ ਨੇ ਜਾਂ ਕਿਸੇ ਪਾਰਟੀ ਦੀ ਕੋਈ ਗੱਲ ਚੱਲਦੀ ਹੈ, ਚੱਲ ਸਕਦੀ ਹੈ, ਮੈਂ ਨਹੀਂ ਕਹਿੰਦਾ ਨਹੀਂ ਚੱਲਦੀ, ਚੱਲ ਸਕਦੀ ਹੈ, ਲੇਕਿਨ ਭਾਰਤੀ ਜਨਤਾ ਪਾਰਟੀ ਹੁਣ ਹਰ ਇੱਕ ਬੂਥ ਦੀ ਪਾਰਟੀ ਬਣ ਗਈ ਹੈ। ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ 13 ਦੀਆਂ 13 ਸੀਟਾਂ ਚੋਣਾਂ ਲੜਨ ਨੂੰ ਤਿਆਰ ਬੈਠਾ। ਪਰ ਤੁਸੀਂ ਕਲੀਅਰ ਕਹੋਣਾ ਕਿ ਤੁਹਾਨੂੰ ਨਹੀਂ ਕਿਸੇ ਗੱਠਜੋੜ ਦੀ ਜ਼ਰੂਰਤ? ਨਹੀਂ, ਅਸੀਂ ਤਾਂ ਪਹਿਲਾਂ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਪੰਜਾਬ ਦੇ ਵਿੱਚ ਜਦੋਂ 2022 ਦਾ ਇਲੈਕਸ਼ਨ ਲੜਿਆ ਉਸ ਤੋਂ ਬਾਅਦ ਅਸੀਂ ਇਕੱਲੇ ਤਿਆਰੀ ਕਰ ਰਹੇ ਹਾਂ। ਜੇ ਅਕਾਲੀ ਦਲ ਇਹ ਗੱਲ ਕਹਿੰਦਾ ਹੈ ਕਿ ਸਾਨੂੰ ਗੱਠਜੋੜ ਦੀ ਲੋੜ ਨਹੀਂ ਜਾਂ ਕੋਈ ਸ਼ਰਤਾਂ ਦੇ ਆਧਾਰ ਤੇ ਗੱਠਜੋੜ ਹੋਵੇਗਾ ਤੇ ਭਾਰਤੀ ਜਨਤਾ ਪਾਰਟੀ ਇੱਕ ਰਾਜਨੀਤਿਕ ਪਾਰਟੀ ਹੈ, ਉਹਨੇ ਆਪਣਾ ਵਿਸਥਾਰ ਕੀਤਾ ਔਰ ਸਾਡੇ ਕੋਲੇ ਕੇਂਦਰ ਸਰਕਾਰ ਦੇ ਇੰਨੇ ਹਾਂ ਪੱਖੀ ਮੁੱਦੇ ਨੇ ਕਿ ਜਿਹੜਾ ਅਸੀਂ ਸਭ ਦਾ ਸਾਥ ਸਭ ਦਾ ਵਿਕਾਸ ਜਾਂ ਹਰ ਗਰੀਬ ਤੱਕ ਜਾਂ ਹਰ ਵਰਗ ਤੱਕ ਕੇਂਦਰ ਦੀ ਸਹੂਲਤ ਪਹੁੰਚੀ ਹੈ ਤੇ ਅਸੀਂ ਉਹਨਾਂ ਮੁੱਦਿਆਂ ਦੇ ਆਧਾਰ ਤੇ ਇਲੈਕਸ਼ਨ ਲੜਾਂਗੇ, ਸਾਡਾ ਸੰਗਠਨ ਸਾਡਾ ਮਜ਼ਬੂਤ ਹੈ। ਇਸ ਕਰਕੇ ਭਾਰਤੀ ਜਨਤਾ ਪਾਰਟੀ 13 ਦੀਆਂ 13 ਜਿਹੜੀਆਂ ਸੀਟਾਂ ਉਹ ਇਕੱਲੀ ਲੜੇਗੀ, ਠੀਕ ਹੈ। ਚਲੋ ਗੱਲ ਇਹ ਹੈ ਕਿ ਘੁੰਮ ਫਿਰ ਕੇ ਜੇ ਲੋਕ ਵੀ ਸਮਝ ਪਾ ਰਹੇ ਹੋਣਗੇ ਸੋਢੀ ਸਾਹਿਬ ਕਿ ਪੰਜਾਬ ਦੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਹੋਵੇ, ਤੁਹਾਡੇ ਬਿਆਨਾਂ ਤੋਂ ਇਸ ਤਰੀਕੇ ਨਾਲ ਲੱਗ ਰਿਹਾ। ਦੇਖੋ, ਅਮਿਤ ਸ਼ਾਹ ਜੀ ਕੋਈ ਸਟੇਟਮੈਂਟ ਦਿੰਦੇ ਨੇ ਬਹੁਤ ਵਜ਼ਨਦਾਰ ਹੁੰਦੀ ਹੈ, ਆਮ ਤੌਰ 'ਤੇ ਬੀਜੇਪੀ ਨੂੰ ਲੈ ਕੇ ਇਹ ਗੱਲ ਹੋ ਰਹੀ ਹੈ ਕਿ ਬੀਜੇਪੀ ਦੇ ਵਿੱਚ ਦੋ ਜਿਹੜੇ ਅਹਿਮ ਚਿਹਰੇ ਨੇ ਪ੍ਰਧਾਨ ਮੰਤਰੀ ਮੋਦੀ ਦੇ, ਗ੍ਰਹਿ ਮੰਤਰੀ ਅਮਿਤ ਸ਼ਾਹ, ਉਹ ਬਹੁਤ ਸਾਰੀਆਂ ਚੀਜ਼ਾਂ ਡਿਸਾਈਡ ਕਰਦੇ ਨੇ। ਜੇ ਉਹਨਾਂ ਦੇ ਬਿਆਨ ਦੇ ਵਿੱਚ ਇਹ ਗੱਲ ਆ ਗਈ ਕਿ ਹਾਂ ਗੱਲ ਚੱਲ ਰਹੀ ਹੈ ਤਾਂ ਉਹ ਕਿਹੜੀ ਸਟੇਜ ਦੇ ਉੱਤੇ ਹੋਏਗੀ, ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਟੇਟਮੈਂਟ ਦਿੱਤੀ ਹੋਏਗੀ, ਲੋਕ ਇਹ ਵੀ ਸਮਝ ਰਹੇ ਨੇ। ਪਾਸੀ ਸਾਹਿਬ ਕੁਛ ਕਹਿਣਾ ਚਾਹ ਰਹੇ ਸੀ? ਮੈਂ ਕਿੰਗਰਾ ਜੀ ਦੀ ਗੱਲ ਦਾ ਜਵਾਬ ਦੇਣਾ ਚਾਹ ਰਿਹਾ ਸੀਗਾ। ਕਿੰਗਰਾ ਜੀ ਕਹਿੰਦੇ ਜੀ ਜਲਦਬਾਜ਼ੀ ਉਹ ਕਰਦੇ ਆ, 2 ਮਹੀਨੇ 2.5 ਮਹੀਨੇ ਦੇ ਕਰੀਬ ਰਹਿ ਗਏ ਕਿ ਸਿਰਫ ਇਲੈਕਸ਼ਨ ਦੇ ਵਿੱਚ ਜੋ ਸੰਭਾਵਨਾ ਨਜ਼ਰ ਆ ਰਹੀ ਹੈ
ਅਸੀਂ ਜਲਦਬਾਜ਼ੀ ਇਸ ਕਰਕੇ ਨਹੀਂ ਕਹਿ ਰਹੇ ਕਿ ਸਾਡੀ ਕੈਂਡੀਡੇਟਾਂ ਦੀ ਕਹਿੰਦੇ ਜੀ ਪਹਿਚਾਣ ਨਹੀਂ ਹੋਣੀ, ਕਿਉਂਕਿ ਅਸੀਂ ਕੌਨਫੀਡੈਂਟ ਹੈ, ਸਾਡੀ ਤਿਆਰੀ ਹੈ, ਸਾਡੀ ਬੂਥ ਲੈਵਲ ਤੇ ਪੂਰੀਆਂ ਮੀਟਿੰਗਾਂ ਹੋ ਚੁੱਕੀਆਂ, ਸਾਡਾ ਇੱਕ ਇੱਕ ਵਰਕਰ ਉਤਸ਼ਾਹਿਤ ਹੈ। ਹੁਣ ਕੀਂਗਰਾ ਜੀ ਹੋਰ ਕੀ ਕਹਿਣਗੇ, ਇਹਨਾਂ ਦੇ 7 ਘੋੜੇ ਕਾਂਗਰਸ ਦੇ 7 ਅਲੱਗ ਅਲੱਗ ਦਿਸ਼ਾ ਚ ਭੱਜ ਰਹੇ ਹੈ, ਇਨਡਿਸਿਪਲਿਨ ਇਹਨਾਂ ਦੀ ਪਾਰਟੀ ਚ ਚਰਮ ਸੀਮਾ ਤੇ ਹੈ। ਆਉਣੇ ਦੇਖ ਰਹੇ ਹੋਣੇ ਆ ਕਿ ਕੱਲ ਵੀ ਨਵਜੋਤ ਸਿੱਧੂ ਜੀ ਦਾ ਬਿਆਨ ਆਇਆ, ਕਹਿੰਦੇ ਮੈਨੂੰ ਕੋਈ ਇੱਕੀ ਦੁੱਕੀ ਕਿੱਦਾਂ ਕੱਢ ਦੂਗਾ। ਮਤਲਬ ਕੀ ਹੈ ਕਿ ਇਹ ਕੈਂਡੀਡੇਟ ਸਿਲੈਕਟ ਕਰਨਾ ਤਾਂ ਦੂਰ ਦੀ ਗੱਲ, ਹਾਲੇ ਤੱਕ ਇਹਨਾਂ ਦੇ ਲੀਡਰ ਆਪਸ ਚ ਮਿਲਵਰਤਨ ਨਹੀਂ। ਸੁਖਜਿੰਦਰ ਰੰਧਾਵਾ ਜੀ ਨੇ ਕੀ ਕਿਹਾ ਸੀ, ਮੈਂ ਤਾਂ ਸਿੱਧੂ ਜੀ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦਾ, ਸਟੇਟਮੈਂਟ ਹੈ ਨਾ ਬਾਸੀ ਜੀ, ਉਹ ਬਹੁਤ ਇੰਪੋਰਟੈਂਟ ਹੈ। ਤੁਸੀਂ ਵੀ ਸਮਝਦੇ ਹੋ ਕਿ ਜਦੋਂ ਸਿਆਸਤ ਤੇ ਇਲੈਕਸ਼ਨ ਹੁੰਦੇ ਆ, ਦੋ ਦੋ ਦਿਨਾਂ ਚ, ਇੱਕ ਰਾਤ ਦੇ ਵਿੱਚ ਕਹਾਣੀ, ਕੁਝ ਘੰਟਿਆਂ ਚ ਕਹਾਣੀ ਬਦਲ ਜਾਂਦੀ ਹੈ, ਤਾਂ ਉਹ ਪੰਜਾਬ ਚ ਵੀ ਹੋ ਸਕਦਾ ਕਿ ਕਿੰਨੀ ਕੁ ਵੱਡੀ ਗੱਲ ਹੈ। ਤਾਂ ਕਿੰਗਰਾ ਜੀ ਵੇਟ ਐਂਡ ਵਾਚ ਵਾਲੀ ਸਥਿਤੀ ਦੇ ਵਿੱਚ ਹੈ, ਤੁਸੀਂ ਗੌਰਵ ਜੀ ਕਲੀਅਰ ਕਰ ਰਹੇ ਹੋ ਕਿ ਬਸ ਹੋ ਗਿਆ ਜੋ ਹੋਣਾ ਸੀ, ਸਾਡੀਆਂ 13 ਸੀਟਾਂ ਤੇ ਉਮੀਦਵਾਰ ਫਾਈਨਲ ਨੇ। ਨਹੀਂ 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 ਗੌਰਵ ਜੀ, ਮੈਂ ਇਹ ਕਹਿ ਰਿਹਾ ਕਿ ਜਿਹੜਾ ਕਿੰਗਰਾ ਜੀ ਨੇ ਕਿਹਾ ਨਾ ਕਿ ਆਮ ਆਦਮੀ ਪਾਰਟੀ ਜਲਦਬਾਜ਼ੀ ਇਸ ਲਈ ਕਰ ਰਹੀ ਹੈ ਜਾਂ ਜਲਦੀ ਕੈਂਡੀਡੇਟ ਐਲਾਨ ਇਸ ਕਰਕੇ ਕਰਨਾ ਚਾਹੁੰਦੀ ਹੈ, ਮੈਂ ਉਸ ਦਾ ਜਵਾਬ ਦਿੱਤਾ। ਭਵਿੱਖ ਚ ਕੀ ਹੁੰਦਾ ਹੈ ਉਹ ਵੱਖਰੀ ਗੱਲ ਹੈ, ਮੈਂ ਗੱਲ ਦਾ ਜਵਾਬ ਦਿੱਤਾ। ਦੂਜੀ ਚੀਜ਼, ਹੁਣੇ ਦਿਆਲ ਸਿੰਘ ਸੋਢੀ ਜੀ ਕਹਿ ਰਹੇ ਸੀ ਕਿ ਸਾਨੂੰ ਰੂਪਾਣੀ ਜੀ ਨੇ ਕਿਹਾ ਕਿ ਅਸੀਂ 13 ਦੀ 13 ਸੀਟਾਂ ਲੜਾਂਗੇ, ਤਾਂ ਸ਼ਾਇਦ ਇਹਨਾਂ ਨੇ ਅੱਜ ਤਕਰੀਬਨ 6:30 ਜਾਂ 6:40 ਦੇ ਰੂਪਾਨੀ ਜੀ ਦਾ ਬਿਆਨ ਨਹੀਂ ਪੜਿਆ, ਉਹਨਾਂ ਨੇ ਅਮਿਤ ਸ਼ਾਹ ਜੀ ਦੀ ਲਾਈਨ ਤੇ ਲਾਈਨ ਰੱਖੀ ਹੈ। ਉਹਨਾਂ ਨੇ ਕਿਹਾ ਹਾਂ ਗੱਲਬਾਤ ਅਕਾਲੀ ਦਲ ਨਾਲ ਚੱਲ ਰਹੀ ਹੈ। ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਅਕਾਲੀ ਦਲ ਬੀਜੇਪੀ ਅੰਦਰੂਨੀ ਤੌਰ ਤੇ ਕਦੇ ਵੀ ਵੱਖਰੇ ਨਹੀਂ ਸੀ ਹੋਏ। ਜਦੋਂ ਤੁਸੀਂ ਦੇਖਿਆ ਹੋਣਾ ਪਾਰਲੀਮੈਂਟ ਦੇ ਉਦਘਾਟਨ ਦੇ ਸਮੇਂ ਵੀ, ਉਸ ਵਕਤ ਸਾਰੀ ਵਿਰੋਧੀ ਧਿਰਾਂ ਨੇ ਕਿਹਾ ਸੀ ਰਾਸ਼ਟਰਪਤੀ ਜੀ ਨੂੰ ਮਹਾਮਹਿਮ ਨੂੰ ਕਿਉਂ ਨਹੀਂ ਬੁਲਾਇਆ ਗਿਆ, ਉਹਨਾਂ ਨੇ ਬਾਈਕਾਟ ਕੀਤਾ, ਤੇ ਅਕਾਲੀ ਦਲ ਕਹਿੰਦਾ ਸੀ ਬੀਜੇਪੀ ਜੀ ਅਸੀਂ ਹਾਜ਼ਰ ਹਾਂ। ਉਸ ਤੋਂ ਬਾਅਦ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਹੋਈ, ਸਾਰੀ ਵਿਰੋਧੀ ਪਾਰਟੀਆਂ ਨੇ ਇਹਦਾ ਵਿਰੋਧ ਕੀਤਾ, ਤਾਂ ਅਕਾਲੀ ਦਲ ਨੇ ਕਿਹਾ ਸੀ ਨਹੀਂ ਜੀ ਅਸੀਂ ਬੀਜੇਪੀ ਦੇ ਨਾਲ ਹਾਂ। ਸੋ ਇਹਨਾਂ ਦਾ ਕਦੇ ਵੀ ਵਿਰੋਧ ਨਹੀਂ ਆਪਸ ਚ ਸਹੀਗਾ, ਅੰਦਰੂਨੀ ਹੱਥ ਮਿਲੇ ਹੋਏ ਸੀ। ਜਦੋਂ ਕਿਸਾਨ ਅੰਦੋਲਨ ਦੇ ਸਮੇਂ ਵੀ ਇਹਨਾਂ ਨੇ ਸ਼ੁਰੂ ਤੋਂ ਕੀ ਕਿਹਾ ਸੀ ਅਕਾਲੀ ਦਲ ਦੇ ਲੀਡਰਸ਼ਿਪ ਨੇ, ਕੀ ਕਿਹਾ ਸੀ, ਕਹਿੰਦੇ ਜੀ ਤਿੰਨੋਂ ਬਿੱਲ ਕਿਸਾਨਾਂ ਨੂੰ ਸਮਝ ਨਹੀਂ ਆ ਰਹੇ, ਇਹਨਾਂ ਦੀ ਬਿਹਤਰੀ ਨਹੀਂ ਹੈ। ਠੀਕ ਹੈ, ਚਲੋ ਮੈਂ ਅਕਾਲੀ ਦਲ ਬੀਜੇਪੀ ਤੇ ਆਉਣਾ ਸੀ, ਮੈਂ ਆਉਣਾ ਪੰਜਾਬ ਕਿਹਾ, ਦੇਖੋ ਦੇਖੋ ਸਮੀਕਰਨ ਨਾ ਪੰਜਾਬ ਦੇ ਵਿੱਚ ਬੜੇ ਦਿਲਚਸਪ ਹੈ ਪਾਸੀ ਸਾਹਿਬ। ਇੱਕ ਪਾਸੇ ਗੜਜੋੜ ਬਣ ਗਿਆ ਸੀ ਉਹ ਟੁੱਟ ਗਿਆ, ਇੱਕ ਪਾਸੇ ਟੁੱਟ ਗਿਆ ਸੀ ਉਹ ਬਣ ਰਿਹਾ ਹੈ, ਬੜੇ ਦਿਲਚਸਪ ਸਮੀਕਰਨ ਨੇ। ਕਿੰਗਰਾ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਉਸ ਤੋਂ ਬਾਅਦ ਮੈਂ ਸਵਾਲ ਲੈ ਕੇ ਆਵਾਂ। ਕਿੰਗਰਾ ਜੀ, ਇੱਕ ਤਾਂ ਮੈਂ ਗੌਰਵ ਜੀ ਆਪਣੇ ਬਹੁਤ ਹੀ ਸਤਿਕਾਰਯੋਗ ਪੀਰ ਮੁਹੰਮਦ ਸਾਹਿਬ ਨੂੰ ਇੱਕ ਗੱਲ ਕਰਨੀ ਚਾਹੁੰਦਾ ਗਾ, ਆਪਦੇ ਪ੍ਰਧਾਨ ਨੂੰ ਵੀ ਦੱਸ ਦੇਣ ਕਿ ਪੀਰ ਮੁਹੰਮਦ ਸਾਹਿਬ ਇਹ ਉਹ ਬੀਜੇਪੀ ਨਹੀਂ ਹੈ ਜਿਹਦੇ ਨਾਲ ਤੁਸੀਂ 20 ਸਾਲ ਪਹਿਲਾਂ ਗੱਠਜੋੜ ਕੀਤਾ ਸੀ। ਉਸ ਬੀਜੇਪੀ ਦੇ ਲੀਡਰ ਅਡਵਾਨੀ ਜੀ ਸੀ ਤੇ ਉਸ ਬੀਜੇਪੀ ਦੇ ਲੀਡਰ ਜਿਹੜੇ ਨੇ ਉਹ ਸ਼੍ਰੀਮਾਨ ਅਟਲ ਬਿਹਾਰੀ ਵਾਜਪਾਈ ਜੀ ਸੀ, ਜਿਹਨਾਂ ਦਾ ਸਟੈਚਰ ਜਿਹੜਾ ਤੇ ਜਿਹਨਾਂ ਦਾ ਜਿਹੜਾ ਕੱਦ ਸੀ ਸਿਆਸਤ ਦੇ ਵਿੱਚ ਉਹ ਓਡਾ ਹੀ ਵੱਡਾ ਸੀ ਜਿੱਡੀ ਵੱਡੀ ਉਹਨਾਂ ਦੀ ਸੋਚ ਸੀ। ਤੇ ਅੱਜ ਦੇ ਲੀਡਰ ਜਿਹੜੇ ਨੇ ਇਹ ਖੁਦਗਰਜ਼ੀ ਨਾਲ ਭਰੇ ਹੋਏ ਨੇ ਬੀਜੇਪੀ ਦੇ, ਯਾਦ ਰੱਖਿਓ ਜੇ ਤੁਹਾਨੂੰ ਐਨੀ ਹਲੇਟ ਨਾ ਕਰ ਦੇਣ। ਦੂਜੀ ਗੱਲ ਜਿਹੜੀ ਮੇਰੇ ਵੀਰ ਨੇ ਕੀਤੀ ਹੈ, ਕੋਈ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਕਾਂਗਰਸ ਦੇ ਮਨ ਦੇ ਵਿੱਚ ਕੋਈ ਚਿੰਤਾ ਹੈ ਕਿ ਜੇ ਅਕਾਲੀ ਬੀਜੇਪੀ ਪੰਜਾਬ ਦੇ ਇਕੱਠੇ ਹੋ ਗਏ। ਨਹੀਂ ਨਹੀਂ ਨਹੀਂ, ਦੇਖੋ ਦੇਖੋ ਗੌਰਵ ਜੀ, ਕਾਂਗਰਸ ਬੜੀ ਪੁਰਾਣੀ ਪਾਰਟੀ ਹੈ, ਜਿੰਨੇ ਇੱਥੇ ਬੈਠੇ ਆ ਇੱਥੇ ਅਕਾਲੀ ਦਲ ਸਾਨੂੰ ਕੰਪੀਟ ਕਰਦਾ, ਬਾਕੀ ਪਾਰਟੀਆਂ ਬਹੁਤ ਲੇਟ ਬਣੀਆਂ ਹੈਗੀਆਂ। ਕਾਂਗਰਸ ਦਾ ਇੱਕ ਥੰਮ ਹੈ, ਇਸ ਥੰਮ ਨੂੰ ਕਿਸੇ ਦਾ ਡਰ ਨਹੀਂ ਗਾ, ਕਿਸੇ ਤਰੀਕੇ ਨਾਲ ਕਿਸੇ ਪਾਸਿਓਂ ਕਿਸੇ ਦਾ ਡਰ ਨਹੀਂ ਕਾਂਗਰਸ ਨੂੰ, ਯਾਦ ਰੱਖਿਓ, ਨਾ ਨੈਸ਼ਨਲ ਲੈਵਲ ਤੇ ਹੈ ਨਾ ਪੰਜਾਬ ਲੈਵਲ ਤੇ ਹੈ। ਇਸ ਕਰਕੇ ਅਸੀਂ ਤਾਂ ਇੱਕ ਦੱਸਦੇ ਹਾਂ ਕਿ
ਜਿਹੜੀ ਬੀਜੇਪੀ ਨਾਲ ਅਕਾਲੀ ਦਲ ਨੇ ਸਮਝੌਤਾ ਕੀਤਾ ਸੀ ਇਹ ਉਹ ਬੀਜੇਪੀ ਨਹੀਂ ਹੈ, ਜਿੱਥੇ ਮਰਜ਼ੀ ਜਾ ਕੇ ਪੜ੍ਹ ਲਓ, ਜਿੱਥੋਂ ਮਰਜ਼ੀ ਪੁੱਛ ਲਓ, ਇਹ ਉਹ ਬੀਜੇਪੀ ਨਹੀਂ ਹੈ, ਇਹ ਉਹ ਬੀਜੇਪੀ ਹੈ ਜਿਹੜੀ ਤੁਸੀਂ ਅਕਾਲੀ ਦਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮਤਲਬ ਤੁਸੀਂ ਜਿਵੇਂ ਹੁੰਦਾ ਨਾ ਕੋਈ ਅੱਖਾਂ ਖੋਲਣ ਦੀ ਕੋਸ਼ਿਸ਼ ਕਰਦਾ, ਉਵੇਂ ਤੁਹਾਡੇ ਬਿਆਨ ਲੱਗ ਰਹੇ ਨੇ। ਗੌਰਵ ਜੀ ਮੈਂ ਇੱਕ ਹੋਰ ਗੱਲ ਕਰਦਾ, ਜਿਹੜੀ ਮੇਰੇ ਵੀਰ ਆ ਪਾਸੀ ਸਾਹਿਬ ਬੜੇ ਸਿਆਣੇ ਨੇ, ਵਕੀਲ ਨੇ, ਮੈਂ ਤਾਂ ਵਕੀਲ ਹੈਗੀ ਨਾ ਹੀ ਮੈਨੂੰ ਵਕਾਲਤ ਆਉਂਦੀ ਹੈ, ਪਰ ਪਾਸੀ ਸਾਹਿਬ ਨੇ ਕਿਹਾ ਹੈ ਕਿ ਜੀ ਅਕਾਲੀ ਦਲ ਨੇ ਬੀਜੇਪੀ ਦੀ ਮਦਦ ਕੀਤੀ ਫਲਾਣੇ ਥਾਂ ਫਲਾਣੇ ਥਾਂ। ਉਹ ਯਾਰੋ 370 ਚ ਤੁਸੀਂ ਕਿੱਥੇ ਖੜੇ ਸੀ? ਆਹ ਜਿਹੜਾ ਸਿਟੀਜ਼ਨ ਐਕਟ ਹੈ ਤੁਸੀਂ ਕਿੱਥੇ ਖੜੇ ਸੀ? ਇਹ ਤਾਂ ਜਦੋਂ ਤੁਹਾਡੇ ਆਪਦੇ ਛਿੱਤਰ ਪਏ, ਜਦੋਂ ਤੁਹਾਨੂੰ ਖਿੱਚਿਆ ਉਹਨਾਂ ਨੇ ਐਕਟ ਬਣਾ ਕੇ ਦਿੱਲੀ ਦੇ ਵਿੱਚ, ਤਾਂ ਤੁਹਾਨੂੰ ਸੁਰਤ ਆਈ। ਉਦੋਂ ਪਹਿਲਾਂ ਤੁਹਾਨੂੰ ਸੁਰਤ ਹੀ ਨਹੀਂ ਆਈ, ਉਦੋਂ ਪਹਿਲਾਂ ਤੁਸੀਂ ਝੋਲੀ ਤੱਕ ਨਾਲ ਸੀ ਉਹਨਾਂ ਦੇ ਬੀਜੇਪੀ ਦੇ। ਬੋਲੋ ਕਿਹੜੀ ਥਾਂ ਤੇ ਨਾਲ ਨੀ ਸੀਗੇ ਤੁਸੀਂ ਪਾਰਲੀਮੈਂਟ ਚ ਉਹਨਾਂ ਦੇ? ਤੁਸੀਂ ਹਰ ਥਾਂ ਤੇ ਉਹਨਾਂ ਦੇ ਨਾਲ ਸੀ ਪਾਰਲੀਮੈਂਟ ਚ, ਜਦੋਂ ਖੋਡੇ ਵੱਜੀਆਂ ਪੁੱਲਾਂ ਤੇ ਉਦੋਂ ਤੁਸੀਂ ਅੱਡ ਹੋਏ ਹੋ ਜੀ, ਤੁਸੀਂ ਉਦੋਂ ਅੱਡ ਹੋਏ ਹੋ ਉਹਨਾਂ ਨਾਲੋਂ। ਉਹ ਵੀ ਇੱਕ ਡਰਾਮਾ ਹੈ, ਇਹ ਵੀ ਤੁਹਾਡਾ ਅੱਡ ਦਾ ਹੀ ਜਵਾਬ ਹੈ ਪਾਪੀ ਜੀ। ਮੈਂ ਅੰਦਰੂਨੀ ਜਾਣਦਾ ਵੀ ਤੁਸੀਂ ਵੀ ਤਾਂ ਉਹਨਾਂ ਦੇ ਨਾਲ ਖੜੇ ਹੋਣਾ, ਬੇਸ਼ੱਕ ਪੰਜਾਬ ਦੇ ਵਿੱਚ ਨਾ ਹੋਵੋ, ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਬੀਜੇਪੀ ਦੇ ਨਾਲ ਖੜੇ ਰਹੇ, ਆਮ ਆਦਮੀ ਪਾਰਟੀ, ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਨੈਸ਼ਨਲ ਪੱਧਰ ਤੇ ਇਕੱਠੇ ਨੇ ਇੰਡੀਗੜ੍ਹ ਜੋੜ ਦੇ ਵਿੱਚ। ਗੌਰਵ ਜੀ ਮੈਂ ਤੁਹਾਨੂੰ ਇੱਕ ਗੱਲ ਬੜੀ ਪਹਿਲਾਂ ਸ਼ੁਰੂ ਜੀ ਕਹਿਤੀ ਕਿ 2024 ਦਾ ਜਿਹੜਾ ਇਲੈਕਸ਼ਨ ਹੈ ਇਹ ਇਲੈਕਸ਼ਨ ਨਹੀਂ ਹੈ, ਇਹ ਇੱਕ ਜੰਗ ਹੈ, ਇਹ ਜੰਗ ਹੈ ਭਾਰਤ ਦੀ, ਭਾਰਤ ਨੂੰ ਡੈਮੋਕ੍ਰੇਸੀ ਬਚਾਉਣ ਦੀ ਜੰਗ ਹੈ। ਔਰ ਜਿਹੜਾ ਵੀ ਪਾਰਟੀ ਡੈਮੋਕ੍ਰੇਸੀ ਬਚਾਉਣੀ ਚਾਹੁੰਦੀ ਹੈ ਉਸ ਨੂੰ ਇਸ ਜੰਗ ਦੇ ਵਿੱਚ ਇੰਡੀਆ ਦੇ ਨਾਲ ਸ਼ਾਮਿਲ ਹੋਣਾ ਪਏਗਾ। ਜਿਹੜਾ ਵੀ ਇਨਸਾਨ, ਜਿਹੜਾ ਵੀ ਭਾਰਤੀ ਨਾਗਰਿਕ ਭਾਰਤ ਦੇ ਵਿੱਚ ਲੋਕ ਰਾਜ ਨੂੰ ਬਚਾਉਣਾ ਚਾਹੁੰਦਾ ਉਸ ਨੂੰ ਇੰਡੀਆ ਦੇ ਨਾਲ ਖੜਨਾ ਪਵੇਗਾ, ਵਰਨਾ ਸਾਡਾ ਲੋਕ ਰਾਜ ਖਤਰੇ ਚ ਹੈ। ਸੁਣ ਲਓ ਪੀਰ ਮੁਹੰਮਦ ਸਾਹਿਬ, ਥੋੜੀ ਬਸ ਹੀ ਵੇਟ ਕਰਿਓ, ਠੀਕ ਹੈ, ਬਸ ਹੀ ਵੇਟ ਕਰਿਓ ਪੀਰ ਮੁਹੰਮਦ ਸਾਹਿਬ, ਲੋਕ ਰਾਜ ਖਤਰੇ ਚ ਹੈ। ਪੀਰ ਮੁਹੰਮਦ ਸਾਹਿਬ ਦੇਖੋ, ਕਾਂਗਰਸ ਦੇ ਸੁਝਾਅ ਤੁਹਾਡੇ ਕੋਲ ਬਹੁਤ ਸਾਰੇ ਆ ਗਏ, ਪਰ ਜਿਹੜੇ ਤੁਹਾਡੇ ਵਰਕਰ ਨੇ ਜਾਂ ਪੰਜਾਬ ਦੇ ਜਿਹੜੇ ਵੋਟਰ ਜਾਂ ਲੋਕ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਇਸ ਗੱਠਜੋੜ ਦੇ ਵਿੱਚ ਵੱਡੇ ਭਰਾ ਵਾਲੀ ਭੂਮਿਕਾ ਰਹੇਗੀ ਜਾਂ ਫਿਰ ਸਥਿਤੀ ਕੁਝ ਵੱਖਰੀ ਹੋਏਗੀ। ਦੇਖੋ, ਸਾਰੀਆਂ ਸਥਿਤੀਆਂ ਵਧੀਆ ਰਹਿਣਗੀਆਂ ਕਿੰਗਰਾ ਸਾਹਿਬ ਦੇ, ਅਸੀਂ ਸੁਝਾਅ ਜਿਹੜੇ ਸਿਰ ਮੱਥੇ ਆ, ਪਰ ਇਹਨਾਂ ਦੇ ਸੁਝਾਅ ਇਹਨਾਂ ਦੀ ਆਪਣੀ ਪਾਰਟੀ ਕਿਉਂ ਨੀ ਮੰਨਦੀ, ਸਰਦਾਰ ਨਵਜੋਤ ਸਿੰਘ ਸਿੱਧੂ ਕਿਉਂ ਨੀ ਮੰਨਦੇ? ਦੂਜੀ ਗੱਲ ਇਹ ਪਾਸੀ ਸਾਹਿਬ, ਇਹਨਾਂ ਦੀ ਪਾਰਟੀ ਜਿਸ ਹੰਕਾਰ ਦੇ ਵਿੱਚ ਇਸ ਵਕਤ ਚੱਲਦੀ ਹੈ, ਇੱਕ ਅਖਾਣ ਇਹਨਾਂ ਹੰਕਾਰਿਆ ਸੋ ਮਾਰਿਆ। ਅੱਜ ਤੁਸੀਂ ਸੀਐਮ ਭਗਵੰਤ ਮਾਨ ਹੋਰਾਂ ਦੇ ਜੋ ਬਿਆਨ ਉਹ ਸੁਣਿਆ ਹੋਵੇਗਾ ਖੰਨੇ ਦੇ ਵਿੱਚ, ਤੇ ਕੇਜਰੀਵਾਲ ਸਾਹਿਬ ਦਾ ਬਿਆਨ ਸੁਣਿਆ ਹੋਵੇਗਾ। ਸੀਐਮ ਸਾਹਿਬ ਕੀ ਕਹਿ ਰਹੇ ਨੇ, ਅਸੀਂ ਕਿੱਲਾ ਕੱਢਿਆ ਧੌਣ ਚੋਂ, ਹੁਣ ਛੋਟੇ ਛੋਟੇ ਕਿੱਲ ਵੀ ਕੱਢਾਂਗੇ। ਮਤਲਬ ਇਹ ਆ ਕਿ ਤੁਸੀਂ ਇਹ ਦੇਖੋ, ਇਹ ਜਿਹੜੀ ਲੈਂਗੁਏਜ ਏ, ਇਹ ਜਿਹੜੀ ਹੰਕਾਰ ਦੇ ਨਾਲ ਇਹ ਗ੍ਰਸ ਹੋਏ ਨੇ, ਇਹਨਾਂ ਨੂੰ ਇਹ ਸਮਝ ਨਹੀਂ ਕਿ ਗਰਾਊਂਡ ਜ਼ੀਰੋ ਤੇ ਤੁਹਾਡਾ ਹੈ ਕੀ ਏ। ਅੱਜ ਤੁਸੀਂ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਚੱਲੇ ਆ, ਔਰ ਉਸ ਯਾਤਰਾ ਨੂੰ ਜਿਸ ਪਰਮਾ ਸਤਿਕਾਰ ਮੁਲਾਜ਼ਮ ਵਰਗੋ ਕਿਸਾਨ ਵਰਗੋ ਸਾਡੇ ਆਪਣੇ ਤਾਂ ਚਲੋ ਹੈ ਹੀ ਨੇ, ਜਿੰਨਾ ਸਤਿਕਾਰ ਤੇ ਪਿਆਰ ਤੇ ਫੁੱਲਾਂ ਦੀ ਵਰਖਾ ਜਿਸ ਕਦਰ ਹੋ ਰਹੀ ਹੈ, ਉਸ ਤੋਂ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਜਿਹੜੇ ਲੋਕ ਨੇ ਇਹ ਇੱਕ ਪਾਣੀ ਦੇ ਬੁਲਬਲੇ ਵਾਂਗ ਸੀ, ਠੀਕ ਹੈ, ਲੋਕਾਂ ਨੇ ਇਹਨਾਂ ਨੂੰ ਸਮਾਂ ਦਿੱਤਾ, ਇਹ ਉਹ ਸਮਾਂ ਸੰਭਾਲ ਨਹੀਂ ਸਕੇ। ਇਹਨਾਂ ਨੇ ਪੀਰ ਮੁਹੰਮਦ ਸਾਹਿਬ 13-0 ਦਾ ਦਾਵਾ ਕਰ ਰਹੇ ਨੇ ਕਿ 13-0 ਪੰਜਾਬ ਦੇ ਵਿੱਚ, ਚੰਡੀਗੜ੍ਹ ਮਿਲਾ ਕੇ 14-0। ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਚੰਡੀਗੜ੍ਹ ਤੋਂ ਇਹ ਹਾਕੀ ਛੱਡ ਗਏ, ਚੰਡੀਗੜ੍ਹ ਤੋਂ ਇਹ ਦੋਨੋਂ ਪਾਰਟੀਆਂ, ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ, ਕਦੇ ਚੰਡੀਗੜ੍ਹ ਦੀ ਗੱਲ ਹੀ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਜਿਹੜਾ 14 ਸੀਟਾਂ ਦੀ ਗੱਲ ਕਰਦਾ, ਉਹ ਸਾਡੀਆਂ 14 ਸੀਟਾਂ ਦੇ ਉੱਤੇ ਸਾਡਾ BSP ਨਾਲ ਸਮਝੌਤਾ ਹੈ, ਉਹਦੇ ਤੇ ਅਸੀਂ ਦ੍ਰਿੜ ਸੰਕਲਪ ਹਾਂ। ਕੱਲ ਵੀ
ਮੇਰੇ ਨਗਰ ਜਿਹੜਾ ਜੀਰਾ ਹਲਕੇ ਦੇ ਵਿੱਚ ਪੀਰ ਮੁਹੰਮਦ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਸੀ, ਉੱਥੇ ਵੀ ਉਹਨਾਂ ਨੇ ਸਪਸ਼ਟ ਜਿਹੜੀ ਇੱਕ ਹੋਰ ਗੱਲ ਕਹੀ ਹੈ ਕਿ ਤਕੜੇ ਹੋਵੋ, ਇਹ ਜਿਹੜੇ ਗਰੰਟੀਆਂ ਦੇ ਕੇ ਝੂਠੇ ਵਾਅਦੇ ਦੇ ਕੇ ਜਿਹੜੀਆਂ ਝੂਠੀਆਂ ਸਰਕਾਰਾਂ ਬਣੀਆਂ ਨੇ, ਇਹਨਾਂ ਦਾ ਸਮਾਂ ਹੋ ਗਿਆ ਮਹਿਫੂਜ਼ ਹੋਣ ਦਾ। ਪੀਰ ਮੁਹੰਮਦ ਸਾਹਿਬ, ਤੁਸੀਂ ਨਾ ਦੋਵੇਂ ਪਾਸੇ ਤੋਂ ਗੱਲ ਕਰ ਰਹੇ ਹੋ, ਤੁਸੀਂ ਗੜਜੋੜ ਵਾਲੇ ਪਾਸੇ ਜਾਂਦੇ ਵੀ ਦੇਖ ਰਹੇ ਹੋ, ਫਿਰ ਤੁਹਾਨੂੰ ਲੱਗਦਾ ਕਿ ਨਹੀਂ ਅਜੇ ਗੜਜੋੜ ਹੋਇਆ ਨਹੀਂ, ਫਿਰ ਤੁਸੀਂ ਦੂਜੇ ਪਾਸੇ ਵੀ ਜਾਂਦੇ ਦੇਖ ਰਹੇ ਹੋ, ਦੋਵੇਂ ਪਾਸੇ ਤੁਹਾਡੀ ਗੱਲ ਲੋਕਾਂ ਨੂੰ ਸਮਝ ਆ ਰਹੀ ਹੋਈ। ਗੌਰਵ ਜੀ, ਜੀ ਗੌਰਵ ਜੀ, ਗੱਲ ਇਹ ਆ, ਦੇਖੋ ਮੈਂ ਕੀ ਕਹਿਣਾ ਚਾਹੁੰਦਾ, ਮੈਂ ਗੱਲ ਕਹਿਣੀ ਚਾਹੁੰਦਾ ਕਿ ਰਾਜਨੀਤੀ ਦੇ ਵਿੱਚ ਸੰਭਾਵਨਾਵਾਂ ਰਹਿੰਦੀਆਂ ਨੇ ਹਮੇਸ਼ਾ, ਇਹਦੇ ਵਿੱਚ ਕੋਈ ਦੋ ਰਾਇ ਨਹੀਂ, ਸੰਭਾਵਨਾ ਬਣਨੀਆਂ ਵੀ ਚੰਗੀ ਗੱਲ ਏ, ਲੇਕਿਨ ਅਸੀਂ ਕੋਈ ਪਹਿਲੀ ਵਾਰੀ ਗੱਠਜੋੜ ਨਹੀਂ ਕੀਤਾ, ਪਹਿਲਾਂ ਵੀ ਸਾਡੇ ਗੱਠਜੋੜ ਰਹੇ ਨੇ। ਦੇਖੋ ਸੰਭਾਵਨਾ ਇੱਕ ਹੁੰਦੀ ਹੈ ਕਿ ਜਿਸ ਦੀ ਕੋਈ ਗੱਲ ਨਾ ਹੋਵੇ, ਇੱਕ ਸੰਭਾਵਨਾ ਅਲੱਗ ਅਲੱਗ ਸਟੇਜਾਂ ਦੇ ਉੱਤੇ ਹੁੰਦੀ ਹੈ, ਇਹ ਤਾਂ ਬਿਲਕੁਲ ਫਾਈਨਲ ਸਟੇਜ ਦੇ ਉੱਤੇ ਫਾਈਨਲ ਟੱਚ ਦਿੱਤਾ ਜਾ ਰਿਹਾ ਗੜਜੋੜ ਨੂੰ, ਇਸ ਤਰੀਕੇ ਦੀਆਂ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ, ਕਹਿੰਦੇ ਇਹ ਤਾਂ ਕੁਝ ਨਹੀਂ ਪਤਾ, 12-13 ਤਰੀਕ ਨੂੰ ਐਲਾਨ ਵੀ ਹੋ ਜੇ। ਗੌਰਵ ਜੀ, ਗੌਰਵ ਜੀ, ਜੇ ਜੇ ਇਸ ਤਰ੍ਹਾਂ ਹੀ ਗੱਠਜੋੜ ਸੀ ਜੀ, ਫਿਰ ਅਸੀਂ ਤੋੜਨਾ ਕਿਉਂ ਸੀ? ਇਹ ਜਿਹੜੀਆਂ ਗੱਲਾਂ ਨੇ, ਚਲੋ ਹਾਲਾਤ ਬਣੇ ਨਾ ਸਰ, ਹਾਲਾਤ ਬਣੇ, ਉਹ ਤਾਂ 2020 ਦੀ ਗੱਲ ਹੋ ਗਈ ਨਾ, ਹੁਣ ਤਾਂ 24 ਚੜਿਆ। ਮੈਂ ਉਹੋ ਹੀ ਗੱਲ ਕਹਿ ਰਿਹਾ, ਮੈਂ ਉਹੋ ਹੀ ਗੱਲ ਕਹਿ ਰਿਹਾ ਕਿ ਦੇਖੋ ਅਸੀਂ ਬਹੁਤ ਵੱਡਾ, ਉਸ ਵੇਲੇ ਬੀਬਾ ਹਰਸਿਮਰਤ ਕੌਰ ਨੇ ਪਾਰਲੀਮੈਂਟ ਤੋਂ ਅਸਤੀਫਾ ਦਿੱਤਾ, ਕੇਂਦਰੀ ਕੈਬਨਿਟ ਚੋਂ ਬਾਹਰ ਆਏ ਔਰ ਕਿਸਾਨਾਂ ਦੇ ਨਾਲ ਅਸੀਂ ਖੜੇ ਹੋਏ, ਔਰ ਲਗਾਤਾਰ ਅੱਜ ਵੀ ਕਿਸਾਨਾਂ ਦੇ ਮਸਲੇ ਹੈਗੇ ਨੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਇੰਟਰਸਟਿੰਗ ਇਹ ਵੀ ਹੈ, ਇੰਟਰਸਟਿੰਗ ਇਹ ਵੀ ਹੈ ਕਿ 2020 'ਚ ਕਿਸਾਨ ਅੰਦੋਲਨ ਦੇ ਦੌਰਾਨ ਹੀ ਗੜਜੋੜ ਟੁੱਟਿਆ ਸੀ, ਤੇ ਹੁਣ 2024 'ਚ ਜਦੋਂ ਕਿਸਾਨ ਅੰਦੋਲਨ ਦੀ ਇੱਕ ਵਾਰ ਫਿਰ ਤੋਂ ਦਸਤਕ ਹੈ, ਫਿਰ ਗੜਜੋੜ ਦੇ ਬਣਨ ਦੀਆਂ ਕਿਆ ਸਰਾਈਆਂ, ਜਾਂ ਤਕਰੀਬਨ ਪਿਕਚਰ ਕਲੀਅਰ ਹੋ ਰਹੀ ਹੈ ਕਿ ਗੜਜੋੜ ਦੁਬਾਰਾ ਬਣ ਜਾਏਗਾ? ਮੈਂ ਤੁਹਾਡੇ ਕੋਲ ਆਉਂਦਾ ਪਾਸੀ ਸਾਹਿਬ, ਇੱਕ ਜਵਾਬ ਦੇ ਦਿਓ, ਜੇ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ, ਮੈਂ ਉਸ ਤੋਂ ਬਾਅਦ ਸੋਢੀ ਸਾਹਿਬ ਦਾ ਰੁੱਖ ਕਰਾਂਗਾ। ਪਾਸੀ ਜੀ, ਇਹ ਜਿਹੜਾ 13-0 ਵਾਲਾ ਤੁਹਾਡਾ ਦਾਅਵਾ ਨਾ ਸਰ, ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ ਤੁਹਾਡੇ ਵਿਰੋਧੀਆਂ, ਉਹਨਾਂ ਨੂੰ ਲੱਗਦਾ ਹੈ ਕਿ 13-0 ਮੁਮਕਿਨ ਹੀ ਨਹੀਂ। ਸਰ ਗੌਰਵ ਜੀ, ਤੁਹਾਡੇ ਯਾਦ ਹੋਏਗਾ, ਇਹਨਾਂ ਵਿਰੋਧੀਆਂ ਨੇ ਤਾਂ ਸਾਨੂੰ 22 ਚ ਵੀ ਨਕਾਰਿਆ ਸੀ, ਇਹ ਤਾਂ 22 ਚ ਕਹਿੰਦੇ ਸੀ ਇਹਨਾਂ ਨੂੰ 50 ਸੀਟਾਂ ਨਹੀਂ ਆਉਣੀਆਂ ਤੇ 92 ਆਈਆਂ, ਉਦੋਂ ਕਿਹੜਾ ਇਹ ਸਾਡੇ ਨਾਲ ਖੜ ਗਏ ਸੀ ਆ ਕੇ ਵੀ ਨਹੀਂ ਜੀ ਅਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਹਾਂ ਕਿਉਂਕਿ ਇਹ ਇੰਨੀਆਂ ਸੀਟਾਂ ਤੇ ਜਾਣ ਜਾ ਰਹੇ ਆ, ਸਾਰੇ ਕਿਆਸ ਰਾਏ ਉਲਟ ਕਰਤੇ ਸੀ ਲੋਕਾਂ ਨੇ। ਦੂਜੀ ਚੀਜ਼ ਮੈਂ ਇੱਕ ਹੋਰ ਦੱਸਦਾ, ਅਸੀਂ ਵੀ ਇਸੇ ਹੰਕਾਰ ਦੇ ਵਿੱਚ ਤੁਸੀਂ ਮਾਰੀ ਗਏ, ਸੁਣ ਲਓ ਮੇਰੀ ਗੱਲ, ਚਲਾ ਲਓ, ਮੈਂ ਕਿਸੇ ਚ ਇੰਟਰਪਟ ਨਹੀਂ ਕਰਦਾ। ਕੀਂਗਰਾ ਜੀ ਸੁਣ ਲਓ, ਕੀਂਗਰਾ ਜੀ ਇੰਟਰਪਸ਼ਨ ਨਾ ਕਰੋ, ਮੈਨੂੰ ਤੁਸੀਂ ਇੰਟਰਪਟ ਕਰਨਾ ਬੰਦ ਕਰੋ, ਪਲੀਜ਼ ਸੁਣ ਲਓ, ਸਬਰ ਕਰੋ। ਦੂਜੀ ਗੱਲ, ਕੀਂਗਰਾ ਜੀ ਨੇ ਕਿਹਾ ਕਿ ਅਸੀਂ ਬੀਜੇਪੀ ਦੇ ਨਾਲ ਖੜੇ ਸੀ, ਤਾਂ ਮੈਂ ਇਹਨਾਂ ਨੂੰ ਦੱਸ ਦਿੰਦਾ, ਜਦੋਂ ਤੋਂ ਆਮ ਆਦਮੀ ਪਾਰਟੀ ਦੀ ਹੋਂਦ ਆਈ ਹੈ, ਹੋਂਦ ਦੇ ਵਿੱਚ ਆਈ ਹੈ, ਬੀਜੇਪੀ ਨੇ ਲਗਾਤਾਰ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਸਨੱਬ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਥਾਵਾਂ ਤੇ, ਖਾਸ ਕਰ ਪੰਜਾਬ ਦੇ ਵਿੱਚ ਵੀ, ਜਦੋਂ ਗਵਰਨਰ ਸਾਹਿਬ ਨੇ ਸਾਡੇ ਰੋੜੇ ਅਟਕਾਏ ਹਰ ਕੰਮ ਦੇ ਵਿੱਚ, ਕਾਂਗਰਸ ਬੀਜੇਪੀ ਦੀ ਬੋਲੀ ਬੋਲਦੀ ਰਹੀ ਹੈ। ਦੂਸਰੀ ਚੀਜ਼, 370 ਦੀ ਤੁਸੀਂ ਬਹੁਤ ਵਾਰ ਗੱਲ ਕਰਦੇ ਹੋ, ਤਾਂ ਉਹਦਾ ਜਵਾਬ ਸੁਣ ਲਓ। ਆਮ ਆਦਮੀ ਪਾਰਟੀ ਨੇ ਜੋ ਸੰਵਿਧਾਨਿਕ ਸਥਿਤੀ ਦੱਸੀ ਸੀ, ਸੰਵਿਧਾਨਿਕ ਗੱਲ ਕੀਤੀ ਸੀ, ਸੁਪਰੀਮ ਕੋਰਟ ਨੇ ਉਹਨੂੰ ਰੈਟੀਫਾਈ ਕੀਤਾ, ਕਨਫਰਮ ਕੀਤਾ। ਚੌਥੀ ਚੀਜ਼, ਮਾਨ ਸਾਹਿਬ ਨੂੰ ਹੰਕਾਰ ਨਹੀਂ, ਮਾਨ ਸਾਹਿਬ ਆਮ ਪਬਲਿਕ ਦਾ ਮਨ ਜਾਣਦੇ ਹੈ। ਪੰਜਵੀਂ ਚੀਜ਼ ਸੁਣ ਲਓ, ਪੰਜਾਬ ਬਚਾਓ ਯਾਤਰਾ ਨਹੀਂ, ਪਰਿਵਾਰ ਬਚਾਓ ਯਾਤਰਾ ਹੈ। ਤੁਹਾਨੂੰ 10 ਸਾਲ ਲਗਾਤਾਰ ਰਾਜ ਦਿੱਤਾ ਸੀ ਪੰਜਾਬ ਨੇ, ਤੁਸੀਂ ਇੱਕੋ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਮਿਨਿਸਟਰ ਬਣਾ ਕੇ ਪਰਿਵਾਰ ਦੀ ਰਾਜ ਚਲਾ ਲਿਆ ਸੀ, ਔਰ ਤੁਸੀਂ ਅੱਜ ਵੀ ਪਰਿਵਾਰ ਬਚਾਓ ਯਾਤਰਾ ਕਰ ਰਹੇ ਹੋ। ਠੀਕ ਹੈ, ਚਲੋ ਛੋਟਾ ਜਵਾਬ ਲੈਣਾ, ਠੀਕ ਹੈ, ਤੁਹਾਡੀ ਗੱਲ ਆ ਗਈ, ਸਮਾਂ ਪਿੱਛੇ ਘੱਟ ਹੈ, ਠੀਕ ਹੈ। ਕਿੰਗਰਾ ਸਾਹਿਬ ਥੋੜੇ ਵੇਟ ਕਰਿਓ, ਪਾਸੀ ਜੀ ਥੋੜੇ ਵੇਟ ਕਰਿਓ, ਤੁਹਾਡੀ ਗੱਲ ਆ ਗਈ। ਕਿੰਗਰਾ ਜੀ, ਥੋੜੀ ਜੀ ਮੈਂ ਤੁਹਾਡੇ ਕੋਲ ਆ ਰਿਹਾ, ਥੋੜਾ ਇੰਤਜ਼ਾਰ ਕਰਿਓ। ਕਿੰਗਰਾ ਜੀ, ਬਹੁਤ ਛੋਟਾ ਜਵਾਬ ਰੱਖਿਓ, ਪਾਸੀ ਸਾਹਿਬ ਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਸਿਆਸਤ ਦੇ ਵਿੱਚ ਪਾਰਟੀਆਂ ਦੇ ਕਾਡਰ ਕਦੇ ਪਾਰਟੀਆਂ ਨੂੰ ਜਿਤਾਉਂਦੇ ਨਹੀਂ ਗੇ।
ਅਕਾਲੀ ਦਲ ਦਾ ਆਪਣਾ ਕੈਡਰ ਹੈ, ਉਹਨੇ ਅਕਾਲੀ ਦਲ ਨੂੰ ਨਹੀਂ ਜਿਤਾਉਣਾ, ਕਾਂਗਰਸ ਦਾ ਸਾਡਾ ਕੈਡਰ ਹੈ ਉਹਨੇ ਸਾਨੂੰ ਨਹੀਂ ਜਿਤਾਉਣਾ, ਸਾਡੇ ਕੈਡਰ ਨੇ ਮਿਹਨਤ ਕਰਨੀ ਹੈ। ਉਹ ਬੰਦੇ ਜਿਤਾਉਂਦੇ ਨੇ ਜਿਹੜੇ ਤੁਹਾਡੇ ਨਾਲ ਜੁੜੇ ਸੀ 2022 ਚ, ਪਰ ਉਹ ਸਾਰੇ ਟੁੱਟ ਚੁੱਕੇ ਨੇ। ਤੁਹਾਡੇ ਆਪਦੇ ਚੇਅਰਮੈਨ ਵਾਈਸ ਚੇਅਰਮੈਨ ਤੁਹਾਡੇ ਨਾਲ ਨੇ ਕਿਉਂਕਿ ਤੁਹਾਡੀ ਪਾਰਟੀ ਦੇ ਮੈਂਬਰ ਨੇ ਪ੍ਰਾਇਮਰੀ ਉਹ, ਲੇਕਿਨ ਜਿਹਨਾਂ ਜਨਤਾ ਨੇ ਤੁਹਾਨੂੰ ਜਿਤਾਇਆ ਸੀ ਪਾਸੀ ਸਾਹਿਬ ਜਾ ਕੇ ਪਿੰਡ ਪਿੰਡ ਵੇਖੋ, ਉਹ ਤੁਹਾਡੇ ਨਾਲ ਉਹ ਟੁੱਟ ਚੁੱਕੇ ਨੇ। ਜਿਹਨਾਂ ਲੋਕਾਂ ਨੇ ਤੁਹਾਡੀ ਪਾਰਟੀ ਨੂੰ ਖੜਾ ਕੀਤਾ ਸੀ ਉਹ ਛੱਡ ਚੁੱਕੇ ਨੇ ਇਸ ਪਾਰਟੀ ਨੂੰ। ਤੁਸੀਂ 2000 ਬੋਲ ਲੈਣ ਦਿਓ, ਮਿਸਟਰ ਪਾਸੀ ਬੋਲ ਲੈਣ ਦਿਓ, ਜਿਨ੍ਹਾਂ ਨੇ ਇਹ ਪਾਰਟੀ ਦੇ ਸਪੋਕਸ ਬਣ ਕੇ ਪਾਰਟੀ ਨੂੰ ਖੜਾ ਕੀਤਾ ਸੀਗਾ 2020 ਦੀ ਜਿਹੜੀ ਪਾਰਟੀ ਹੈ ਜਾਂ 2014 ਦੀ ਜਿਹੜੀ ਆਮ ਆਦਮੀ ਪਾਰਟੀ ਹੈ ਤੇ ਹੁਣ ਵਾਲੀ ਆਮ ਆਦਮੀ ਪਾਰਟੀ, ਜਮੀਨ ਅਸਮਾਨ ਦਾ ਫਰਕ ਹੈ, ਲੋਕ ਜਾਣਦੇ ਨੇ, ਸਾਰੇ ਇਮਾਨਦਾਰ ਆਦਮੀ ਛੱਡ ਚੁੱਕੇ ਨੇ ਤੁਹਾਨੂੰ। ਠੀਕ ਹੈ ਕਿੰਗਰਾ ਸਾਹਿਬ, ਮੈਂ ਤੁਹਾਡੇ ਕੋਲ ਆਵਾਂਗਾ, ਤੁਸੀਂ ਵੀ ਉਸ ਸਮੇਂ ਪਾਰਟੀ ਨਾਲ ਜੁੜੇ ਹੋਏ ਸੀ ਆਮ ਆਦਮੀ ਪਾਰਟੀ ਨਾਲ, ਤੁਸੀਂ ਵੀ ਛੱਡ ਗਏ, ਜਿਹੜੇ ਆਗੂ ਛੱਡ ਕੇ ਗਏ ਉਹਨਾਂ ਦੇ ਵਿੱਚ ਇੱਕ ਤੁਸੀਂ ਵੀ ਹੈਗੇ। ਥੋੜਾ ਜਿਹਾ ਵੇਟ ਕਰਿਓ, ਸੋਢੀ ਸਾਹਿਬ ਵੇਟ ਕਰ ਰਹੇ ਨੇ, ਬਹੁਤ ਦੇਰ ਹੋ ਗਈ, ਪਾਸੀ ਜੀ ਤਾਂ ਇੱਕ ਮਿੰਟ ਯਾਰ, ਮੈਨੂੰ ਪੂਰੀ ਕਰ ਦੇ, ਪਾਸੀ ਪਲੀਜ਼ ਵੇਟ ਕਰ, ਚੋਕ ਨਾ ਕੱਢਿਆ ਇਹਨਾਂ ਨੇ, ਕਿਸੇ ਦੀ ਧੌਣ ਚੋਂ ਕਿੰਨਾ ਕੱਢ ਕੇ ਆਪਦੀ ਧੌਣ ਚ ਪਾ ਲਿਆ, ਕਿੰਨਾ ਹੋਈ ਉਹੀ ਕਿੰਨਾ ਆਪਦੀ ਧੌਣ ਚ ਪਾ ਲਿਆ ਕਿਸੇ ਦੀ ਧੌਣ ਚੋਂ ਕੱਢ ਕੇ, ਤੇ ਫਿਰ ਕਿੱਥੇ ਖੜ ਗਈ ਪੰਜਾਬ ਦੀ ਜਨਤਾ? ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਸੀ, ਕਿੱਲੇ ਨਹੀਂ ਸਿੱਧਾਂ ਦੀ ਧੌਣਾਂ ਚ, ਅੱਜ ਤੁਹਾਡੀ ਧੌਣ ਚ ਕਿੱਲਾ ਬਣਿਆ ਵਿਆ ਉਹੀ, ਤੇ ਪੰਜਾਬ ਦੀ ਜਨਤਾ ਕੱਢ ਦੂਗੀ ਤੁਹਾਡਾ ਕਿੱਲਾ ਚੋਂ। ਠੀਕ ਹੈ ਸੋਢੀ ਸਾਹਿਬ, ਸੋਢੀ ਸਾਹਿਬ ਦੇਖੋ ਗੜਜੋੜ ਦੀ ਇੱਥੇ, ਇੱਕ ਮਿੰਟ ਲਈ ਜਵਾਬ ਲੈ ਲਓ, ਮੈਂ ਤੁਹਾਨੂੰ ਕੋਲ ਆਵਾਂਗਾ, ਜਵਾਬ ਦੇਵਾਂਗਾ, ਜਵਾਬ ਲਿਓ, ਦੇ ਦੇਣਾ ਤੁਸੀਂ, ਥੋੜਾ ਜਿਹਾ ਵੇਟ ਕਰ ਲਿਓ। ਸੋਢੀ ਸਾਹਿਬ, ਸੋਢੀ ਸਾਹਿਬ ਦੇਖੋ, ਸਮੀਕਰਨਾਂ ਨੂੰ ਲੈ ਕੇ ਇੱਥੇ ਗੱਲ ਹੋ ਰਹੀ ਹੈ, 1-8-5 ਦਾ ਫਾਰਮੂਲਾ ਹੈ, 1-7-6 ਦਾ ਫਾਰਮੂਲਾ ਹੈ, ਤੁਸੀਂ ਕਹੋ ਕਿ ਪੰਜਾਬ ਲੀਡਰਸ਼ਿਪ ਦੇ ਨਾਲ ਕੋਈ ਗੱਲ ਨਹੀਂ ਹੋਈ ਜਾਂ ਨਹੀਂ ਹੋ ਰਹੀ, ਤਾਂ ਇਹ ਵੀ ਦੇਖੋ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਦਾ ਗੜਜੋੜ ਹੈ, ਪੰਜਾਬ ਦੇ ਆਗੂਆਂ ਨਾਲ ਬੀਜੇਪੀ ਨੇ ਗੱਲ ਨਹੀਂ ਕੀਤੀ, ਪਰ ਸਮੀਕਰਨ ਇਹੀ ਬਣ ਰਹੇ ਨੇ ਕਿ 5-6 ਸੀਟਾਂ ਇਸ ਸਮੇਂ ਅਕਾਲੀ ਦਲ ਤੁਹਾਨੂੰ ਛੱਡਣ ਦੇ ਲਈ ਤਿਆਰ ਹੋ ਰਿਹਾ। ਗੌਰਵ ਜੀ, ਮੈਂ ਤੁਹਾਡੇ ਨਾਲ ਪਹਿਲਾਂ ਵੀ ਇਸ ਵਿਸ਼ੇ ਦੇ ਉੱਪਰ ਇੱਕ ਡਿਬੇਟ ਕੀਤੀ ਸੀ, ਲੇਕਿਨ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਹਾਲੇ ਤੱਕ ਗੱਠਜੋੜ ਬਾਰੇ ਕੋਈ ਵਿਚਾਰ ਨਹੀਂ ਹੈ। ਠੀਕ ਹੈ ਕਿ ਜੇ ਕਿਤੇ ਕੋਈ ਜਿਸ ਤਰ੍ਹਾਂ ਨਿਤੀਸ਼ ਕੁਮਾਰ ਜੀ ਨਾਲ ਹੋਇਆ, ਕੋਈ ਸਾਡੇ NDA ਦੇ ਪੁਰਾਣੇ ਸਾਥੀ ਰਹੇ ਨੇ, ਉਹਨਾਂ ਦੇ ਵਿੱਚੋਂ ਜੇ ਕੋਈ ਗੱਲਬਾਤ ਚਲਾਉਂਦਾ ਤੇ ਉਹ ਗੱਲਬਾਤ ਚੱਲ ਸਕਦੀ ਹੈ, ਸਾਡੇ ਮਾਣਯੋਗ ਜੋ ਉਹਨਾਂ ਨੇ ਬਿਆਨ ਦਿੱਤਾ ਹੈ, ਗੱਲਬਾਤ ਚੱਲ ਰਹੀ ਹੈ ਸਰ, ਗੱਲਬਾਤ ਤਾਂ ਚੱਲ ਰਹੀ ਹੈ। ਸੋਢੀ ਸਾਹਿਬ, ਤੁਸੀਂ ਕਹਿ ਰਹੇ ਹੋ ਬੀਜੇਪੀ ਦਾ ਕੋਈ ਵਿਚਾਰ ਨਹੀਂ, ਮੈਂ ਮਾਫੀ ਚਾਹੁੰਦਾ ਤੁਹਾਨੂੰ, ਬਹੁਤ ਦੇਰ ਬਾਅਦ ਆਇਆ ਪਰ ਵਿਚਾਲੇ ਰੋਕ ਰਹੇ ਹਾਂ, ਤੁਸੀਂ ਕਿਹਾ ਬੀਜੇਪੀ ਦਾ ਕੋਈ ਵਿਚਾਰ ਨਹੀਂ, ਹੁਣ ਬੀਜੇਪੀ ਦਾ ਪੰਜਾਬ ਬੀਜੇਪੀ ਦਾ ਵਿਚਾਰ ਨਹੀਂ ਜਾਂ ਜਿਹੜੀ ਤੁਹਾਡੀ ਨੈਸ਼ਨਲ ਇਕਾਈ ਹੈ ਉਸਦਾ ਕੋਈ ਵਿਚਾਰ ਨਹੀਂ, ਇਹ ਵੀ ਫਰਕ ਨਜ਼ਰ ਆ ਰਿਹਾ, ਇਹ ਤਾਂ ਲੱਗਦਾ ਕਿ ਪੰਜਾਬ ਬੀਜੇਪੀ ਦਾ ਕੋਈ ਵਿਚਾਰ ਨਹੀਂ। ਦੇਖੋ, ਜੇ ਸਾਨੂੰ ਕੋਈ ਕੇਂਦਰ ਬਿੰਦੂ ਮੈਸੇਜ ਆਉਂਦਾ ਹੈ, ਸਾਡੀ ਸੈਂਟਰ ਲੀਡਰਸ਼ਿਪ ਜਿਸ ਤਰ੍ਹਾਂ ਦਾ ਫੈਸਲਾ ਕਰਦੀ ਹੈ, ਅਸੀਂ ਉਹਦਾ ਹਮੇਸ਼ਾ ਸਵਾਗਤ ਕਰਾਂਗੇ, ਪਹਿਲੀ ਗੱਲ। ਦੂਜੀ ਗੱਲ, ਅਸੀਂ ਉਹ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਨਹੀਂ ਹੈ ਗੌਰਵ ਜੀ, ਜਿਹੜੀ ਪਾਰਟੀ ਦੇ ਲੀਡਰ ਇਹ ਸਹੁੰ ਪਾਉਂਦੇ ਆ ਆਪਣੇ ਬੱਚਿਆਂ ਦੀ ਕਿ ਮੈਂ ਫਲਾਨੀ ਪਾਰਟੀ ਨਾਲ ਗੱਠਜੋੜ ਨਹੀਂ ਕਰਾਂਗਾ, ਪਹਿਲੀ ਗੱਲ। ਦੂਜੀ ਗੱਲ, ਇੱਥੇ ਕੀਤੀ ਗਈ ਕਿ ਡੈਮੋਕ੍ਰੇਸੀ, ਕਿ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਅਸੀਂ ਜਿਹੜਾ ਇੰਡੀਆ ਗੱਠਜੋੜ ਬਣਾਇਆ, ਮੈਂ ਪੁੱਛਣਾ ਚਾਹੁੰਦਾ ਇਹ ਡੈਮੋਕ੍ਰੇਸੀ ਤਾਂ ਅੱਜ ਵੀ ਬਚੀ ਹੋਈ ਹੈ, ਡੈਮੋਕ੍ਰੇਸੀ ਨੂੰ ਕੁਛ ਨਹੀਂ ਹੋਇਆ, ਲੇਕਿਨ ਇਹ ਜਿਹੜੇ ਡਰਦੇ ਮਾਰੇ ਆਪੋ ਆਪਣੀਆਂ ਜਿਹੜੀਆਂ ਇਹਨਾਂ ਨੇ ਕਾਰਨਾਮੇ ਕੀਤੇ ਹੈ ਜਾਂ ਕਰਪਸ਼ਨਾਂ ਕੀਤੀਆਂ, ਉਹਨਾਂ ਤੋਂ ਡਰਦੇ ਮਾਰਿਆਂ ਨੇ ਸਾਰਾ ਕੁਛ ਇਹ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ 13-13-0 ਦਾ ਪੰਜਾਬ ਦੇ ਵਿੱਚ ਦਾਅਵਾ ਹੋਇਆ। ਇੱਕ ਮਿੰਟ ਬੋਲ ਲੈਣ ਦਿਓ ਜੀ। ਦੂਜੀ ਗੱਲ, ਜਿਹੜੀ ਡੈਮੋਕ੍ਰੇਸੀ ਦੀ ਗੱਲ ਆਮ ਆਦਮੀ ਪਾਰਟੀ ਕਰਦੀ ਹੈ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਇਹਨਾਂ ਨੇ ਪੰਜਾਬ 'ਚ ਡੈਮੋਕ੍ਰੇਸੀ ਨਹੀਂ ਮਾਰੀ, ਪੰਚਾਇਤਾਂ ਚੋਣਾਂ ਇਹਨਾਂ ਨੇ ਨਹੀਂ ਕਰਵਾਈਆਂ, ਬਲਾਕ ਸਮਿਤੀ ਦੀਆਂ ਚੋਣਾਂ ਇਹਨਾਂ ਨੇ ਨਹੀਂ ਕਰਵਾਈਆਂ, ਟਾਈਮ ਟੱਪ ਗਿਆ, ਨਗਰ ਨਿਗਮ ਦਾ ਟਾਈਮ ਟੱਪ ਗਿਆ, ਡਿਊ ਇਲੈਕਸ਼ਨ ਪਏ ਨੇ, ਤੇ ਇਹ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ? ਇਹਨਾਂ ਨੂੰ ਪਤਾ ਹੈ ਕਿ 2024 ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾ ਦੇਣਾ
ਔਰ ਲੋਕ ਅਤਾਵਲੇ ਨੇ, ਲੋਕ ਉਡੀਕ ਰਹੇ ਨੇ ਕਿ ਕਿਵੇਂ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਹੈ। ਜੇ ਡੈਮੋਕਰੇਸੀ ਦੀ ਗੱਲ ਕਰਦੇ ਹੋ ਤਾਂ ਲੋਕ ਸਭਾ ਤੋਂ ਪਹਿਲਾਂ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਦੀਆਂ ਚੋਣਾਂ ਕਰਵਾਓ, ਜਿਹੜਾ ਤੁਹਾਨੂੰ ਅਦਾਲਤ ਨੇ ਵੀ ਫਿਟਕਾਰ ਪਾਈ ਹੈ। ਚਲੋ ਉਦਾਂ ਤਾਂ ਮੈਨੂੰ ਲੱਗਦਾ ਕਿ ਸਮਾਂ ਸਮਾਂ ਬਹੁਤ ਘੱਟ ਰਹਿ ਗਿਆ। ਪੀਰ ਮੁਹੰਮਦ ਸਾਹਿਬ ਬਹੁਤ ਛੋਟਾ ਸਟੇਟਮੈਂਟ ਰੱਖਿਓ। ਦੇਖੋ ਅਕਾਲੀ ਦਲ ਤੇ ਬੀਜੇਪੀ ਨੈਸ਼ਨਲ ਲੈਵਲ ਦੇ ਉੱਤੇ ਕੋਈ ਗੱਲਬਾਤ ਕਰ ਰਹੇ ਨੇ, ਉਹ ਸਾਰੇ ਲੋਕਾਂ ਤੱਕ ਗੱਲ ਪਹੁੰਚ ਰਹੀ ਹੈ ਅੱਜ ਦੀ ਡਿਬੇਟ ਦੇ ਵਿੱਚ, ਲੱਗ ਰਿਹਾ ਕਿ ਨਹੀਂ ਹੈ? ਦੋਵਾਂ ਦੇ ਆਪਸ ਦੇ ਵਿੱਚ ਕੋਈ ਗੱਲਬਾਤ ਨਹੀਂ ਹੈ? ਪੀਰ ਮੁਹੰਮਦ ਜੀ ਵੱਖਰੀ ਡਾਇਰੈਕਸ਼ਨ 'ਚ, ਸੋਢੀ ਸਾਹਿਬ ਵੱਖਰੀ ਡਾਇਰੈਕਸ਼ਨ ਦੇ ਵਿੱਚ ਹੈ। ਦੇਖੋ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪੰਜਾਬ ਬਚਾਓ ਯਾਤਰਾ ਦਰਮਿਆਨ ਆਪਣੇ ਵਰਕਰਾਂ ਨਾਲ, ਆਪਣੇ ਲੀਡਰਾਂ ਦੇ ਨਾਲ, ਆਪਣੇ ਸਮਰਥਕਾਂ ਦੇ ਨਾਲ, ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਆ। ਉਹਨਾਂ ਦੀ ਨਬਜ਼ ਟਟੋਲ ਰਹੇ ਨੇ ਕਿ ਪੰਜਾਬ ਕੀ ਚਾਹੁੰਦਾ, ਪੰਜਾਬ ਦੇ ਲੋਕ ਕੀ ਚਾਹੁੰਦੇ ਨੇ। ਉਹ ਸ਼ਹਿਰਾਂ ਦੇ ਵਿੱਚ ਵੀ ਗਏ ਨੇ, ਉਹ ਪਿੰਡਾਂ ਦੇ ਵਿੱਚ ਵੀ ਗਏ ਨੇ। ਸਾਨੂੰ ਇੱਕ ਬੇਮਿਸਾਲ ਹੰਗਾਰਾ ਜਿਹੜਾ ਪੰਜਾਬ ਦੀ ਧਰਤੀ ਤੋਂ ਮਿਲ ਰਿਹਾ। ਲੋਕ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਾਡੀ ਖੇਤਰੀ ਪਾਰਟੀ ਏ, ਉਸ ਨੂੰ ਅਸੀਂ ਉੱਚਾ ਚੁੱਕਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਆ। ਪਰ ਆਹ ਜਿਹੜਾ ਮਸਲਾ ਏ ਕਿ ਇਸ ਦੇ ਵਿੱਚ ਅਮਿਤ ਸ਼ਾਹ ਜੀ ਦੇ ਬਿਆਨ ਦੀ ਇੱਕ ਵੱਖਰੀ ਅਹਿਮੀਅਤ ਏ। ਪਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਹਾਲ ਦੀ ਘੜੀ ਜਿਹੜੇ ਸਾਡੇ ਮਸਲੇ ਪੈਂਡਿੰਗ ਨੇ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਮਸਲਾ ਹੈ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ, ਕਿਸਾਨਾਂ ਦਾ ਸੰਘਰਸ਼ ਜਿਉਂ ਦਾ ਤਿਉਂ ਚੱਲ ਰਿਹਾ ਹੈ। ਤੁਸੀਂ ਕਲੀਅਰ ਕਰੋ, ਮੇਰੇ ਤੋਂ ਸਮਾਂ ਖਤਮ ਹੋ ਗਿਆ। ਤੁਸੀਂ ਕਲੀਅਰ ਕਰੋ ਪੀਰ ਮੁਹੰਮਦ ਸਾਹਿਬ ਕਿ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਆਉਣ ਦੇ ਹੱਲ ਦੇ ਬਿਨਾਂ ਗੜਜੋੜ ਨਹੀਂ ਹੋਏਗਾ। ਨਹੀਂ ਦੇਖੋ, ਮੈਂ ਕੋਈ ਵੀ ਸਟੇਟਮੈਂਟ ਦੇਣ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਕਹਾਂਗਾ ਕਿ ਇਹ ਜਿਹੜਾ ਮਸਲਾ ਹੈ, ਇਹ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਜਿਹੜੀ ਸਾਡੀ ਕੋਰ ਕਮੇਟੀ ਹੈ ਉਹਦੇ ਹੱਥ ਵਾਸਤੇ। ਮੈਂ ਇੱਕ ਬਤੌਰ ਅਹੁਦੇਦਾਰ ਜਨਰਲ ਸਕੱਤਰ ਹੋਣ ਦੇ ਨਾਤੇ, ਪਾਰਟੀ ਬਲਾਰਾ ਹੋਣ ਦੇ ਨਾਤੇ, ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਪਾਰਟੀ ਤਰਫੋਂ, ਮੈਂ ਉਹ ਤੁਹਾਨੂੰ ਦੱਸ ਰਿਹਾ। ਠੀਕ ਹੈ, ਦੇਖੋ ਮੈਂ ਜੋ ਸਮਝ ਪਾ ਰਿਹਾ, ਲੋਕ ਵੀ ਸਮਝ ਪਾ ਰਹੇ ਹੋਣਗੇ, ਨਪੇ ਤੁਲੇ ਸ਼ਬਦਾਂ ਦੇ ਵਿੱਚ ਬੈਲੈਂਸ ਜਾ ਕਰਦੇ ਹੋਏ ਤੁਸੀਂ ਗੜਜੋੜ ਵਾਲੇ ਪਾਸੇ ਵੀ ਜਾ ਰਹੇ ਹੋ। ਇਨਫੈਕਟ ਤੁਸੀਂ ਨਹੀਂ, ਬਾਕੀ ਮਹਿਮਾਨ ਵੀ ਗੜਜੋੜ ਵਾਲੇ ਪਾਸੇ ਵੀ ਜਾ ਰਹੇ ਹੋ, ਗੜਜੋੜ ਤੋਂ ਦੂਰ ਵੀ ਜਾ ਰਹੇ ਹੋ। ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ 20-20 ਸੈਕਿੰਡ ਦੇ ਪਾਊਂਗਾ ਪਾਸੀ ਸਾਹਿਬ ਜੀ। ਦੇਖੋ ਬਿਲਕੁਲ, ਕਾਂਗਰਸ ਕੀ ਕਹਿ ਰਹੀ ਹੈ, ਕਹਿੰਦੇ ਜੀ 10 ਸਾਲ ਪੁਰਾਣੀ ਆਮ ਆਦਮੀ ਪਾਰਟੀ ਦੀ ਸੋਚ ਬਦਲ ਗਈ। ਇਹ ਜਿਹੜੀ ਕਾਂਗਰਸ ਬ੍ਰਿਟਿਸ਼ਰਸ ਨੇ ਬਣਾਈ ਸੀ, ਉਹਨਾਂ ਦੇ ਅਗਲੇ 3-4 ਹੈਡੀ ਬ੍ਰਿਟਿਸ਼ਰਸ ਰਹੇ ਸੀ, ਇਹਨਾਂ ਦੀ ਸੋਚ ਦੇਖੋ। ਔਰ ਦੂਜੀ ਗੱਲ, ਏਦਾਂ ਦੀਆਂ ਭੰਡੀ ਪ੍ਰਚਾਰ, ਝੂਠੀਆਂ ਗੁੰਮਰਾਹਪੂਰਨ ਗੱਲਾਂ ਕੇ ਲੋਕ ਪਿੱਛੇ ਹਟ ਗਏ ਜੀ, ਹੁਣ ਇਹਨਾਂ ਦਾ ਆਧਾਰ ਨਹੀਂ ਰਿਹਾ। ਇਹਨਾਂ ਨੇ ਜਲੰਧਰ 'ਚ ਵੀ ਕੀਤੀ ਸੀ ਜਿਹੜੀ ਇਹਨਾਂ ਦੀ ਰਾਜਧਾਨੀ ਹੁੰਦੀ ਸੀ, ਉੱਥੇ ਹਾਰੇ ਔਰ ਬੀਜੇਪੀ ਔਰ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਦੇਖੋ ਗੱਲਾਂ ਕੀ ਕਰ ਰਹੇ ਆ ਇਹ। ਚੌਥੀ ਚਿੰਤਾ ਤਾਂ ਨੀ ਹੋ ਜਾਏਗੀ ਜੇ ਅਕਾਲੀ ਤੇ ਬੀਜੇਪੀ ਇਕੱਠੇ ਹੋ ਗਏ ਪੰਜਾਬ ਚ? ਦੇਖੋ ਗੌਰਵ ਜੀ, ਮੈਂ ਇੱਕ ਚੀਜ਼, ਦੇਖੋ ਗੌਰਵ ਜੀ, ਅੱਜ ਸਾਡੀ ਸੀਨੀਅਰ ਲੀਡਰਸ਼ਿਪ ਨੇ, ਦੂਜੇ ਪਾਸੇ ਅਮਿਤ ਸ਼ਾਹ ਜੀ, ਰੂਪਾਨੀ ਜੀ ਕੁਛ ਹੋਰ ਕਹਿ ਰਹੇ ਆ, ਸੋਢੀ ਸਾਹਿਬ ਕੁਛ ਹੋਰ ਕਹਿ ਰਹੇ ਆ। ਅਸੀਂ ਤਾਂ ਉਹ ਗੱਲ ਕੀਤੀ ਹੈ ਜੋ ਸਾਨੂੰ ਸਾਡੀ ਸੀਨੀਅਰ ਲੀਡਰਸ਼ਿਪ ਨੇ ਦੱਸੀ ਹੈ, ਔਰ ਅਕਾਲੀ ਦਲ ਵਿਰੋਧੀ ਧਿਰ ਚ ਆ ਕੇ ਇਹੋ ਜਿਹੀਆਂ ਗੱਲਾਂ, ਬੰਦੀ ਸਿੱਖਾਂ ਦੀਆਂ, ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਕਰਦਾ। ਚਲੋ ਮੇਰੇ ਕੋਲ ਸਮਾਂ ਖਤਮ ਹੈ ਸਰ, ਮੇਰੇ ਕੋਲ ਸਮਾਂ ਖਤਮ ਹੈ, ਮੈਨੂੰ ਵਿਚਾਲੇ ਰੋਕਣਾ ਪਏਗਾ। ਬੰਦੀ ਸਿੱਖ ਭੁੱਲ ਜਾਂਦੇ ਆ, ਇਹਨਾਂ ਨੂੰ ਪੰਜਾਬ ਭੁੱਲ ਜਾਂਦਾ, ਪੰਜਾਬ ਦੀ ਨੌਜਵਾਨੀ ਭੁੱਲ ਜਾਂਦੀ ਹੈ ਜੀ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ।